ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਤੁਸੀਂ ਵੇਖ ਰਹੇ ਹੋ ਇਸ ਵਕਤ ਸਾਨੂੰ ਇੰਗਲੈਂਡ ਤੋਂ, ਅਤੇ ਪਿਛਲੇ ਵਲੌਗ 'ਚ ਅਸੀਂ ਤੁਹਾਨੂੰ ਦਿਖਾਇਆ ਸੀਗਾ ਸੋਹਣਾ ਜਿਹਾ ਸ਼ਹਿਰ ਜਿੱਥੇ ਪੰਜਾਬੀਆਂ ਦਾ ਗੜ੍ਹ ਹੈਗਾ, ਪੰਜਾਬੀਆਂ ਦਾ ਪਿੰਡ ਹੈ ਇਹ ਸਾਊਥ ਹਾਲ, ਅਤੇ ਬ੍ਰੌਡਵੇ ਘੁਮਾਇਆ ਸੀ ਤੁਹਾਨੂੰ, ਸਾਰਾ ਬ੍ਰੌਡਵੇ ਦਾ ਆਲਾ ਦੁਆਲਾ ਦਿਖਾਇਆ ਸੀਗਾ। ਅਤੇ ਅੱਜ ਦੇ ਵਲੌਗ 'ਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਥੋਂ ਦੇ ਜਿੰਨੇ ਕੁ, ਮਤਲਬ ਜਿੰਨੇ ਕੁ ਹੋ ਸਕਦਾ, ਗੁਰਦੁਆਰਾ ਸਾਹਿਬ ਅਤੇ ਜਾਂ ਰਿਲੀਜੀਅਸ ਪਲੇਸ ਜਾਂ ਜਿਹੜਾ ਪੰਜਾਬੀਆਂ ਦਾ ਰਹਿਣ ਸਹਿਣ ਉਹ ਇੱਥੇ ਕਿਵੇਂ ਦਾਗਾ। ਅੱਜ ਮੇਰੇ ਨਾਲ ਨੇ ਮੇਰੇ ਮਾਮਾ ਜੀ ਬਲਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਮਾਮਾ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਬਾਕੀ ਇਹ ਆਪਣੇ ਨਾਲ ਰਹਿਣਗੇ ਅੱਜ, ਅਤੇ ਗੁਰਦੁਆਰਾ ਸਾਹਿਬ 'ਚ, ਕਿਉਂਕਿ ਕਾਫੀ ਟਾਈਮ ਤੋਂ ਇਹਨਾਂ ਨੂੰ 30 ਸਾਲ ਲਗਭਗ ਇੱਥੇ ਹੋ ਗਏ, ਅਤੇ ਸਾਰਿਆਂ ਨੂੰ ਕਮੇਟੀਜ਼ ਨੂੰ, ਮੈਨੇਜਮੈਂਟ ਨੂੰ, ਸਾਰਿਆਂ ਨੂੰ ਜਾਣਦੇ, ਅਤੇ ਕਿਹੋ ਜਿਹਾ ਆਲਾ ਦੁਆਲਾ ਉਹ ਤੁਹਾਨੂੰ ਅੱਜ ਦਿਖਾਉਂਦੇ ਹਾਂ। ਇਹ ਸਾਹਮਣੇ ਵਾਲੇ ਪਾਸੇ ਮਾਮਾ ਜੀ ਦਾ ਘਰ ਹੈ, ਅਤੇ ਦੇਖੋ ਇਹੋ ਜਿਹੇ ਇੰਨੇ ਸੋਹਣੇ ਇਹ ਘਰ ਬਾਰ ਇਹ ਇੰਗਲੈਂਡ ਦੇ ਵਿੱਚ ਜਿਹੜੇ ਬਣੇ ਹੋਏ ਆ। ਅਤੇ ਮਾਮਾ ਜੀ ਗੁਰਦੁਆਰਾ ਸਾਹਿਬ ਇੱਥੋਂ ਕਿੰਨੀ ਕੁ ਦੂਰ ਹੈਗਾ ਪਹਿਲਾਂ, ਜਿਹੜੇ ਪਹਿਲਾਂ ਆਪਾਂ ਜਾਣਾ ਕਿਹੜੇ ਗੁਰਦੁਆਰਾ ਸਾਹਿਬ ਚੱਲੇ? ਆਪਾਂ ਜਾਣਾ ਜਿਹਨੂੰ ਪਹਿਲਾਂ ਹੈਬਲ ਕਰੋੜ ਕਹਿੰਦੇ ਸੀ, ਹੁਣ ਗੁਰੂ ਨਾਨਕ ਰੋਡ ਹੈ। ਅੱਛਾ, ਕਿੰਨੀ ਦੂਰ ਹੈ ਜੀ ਇੱਥੋਂ? ਇੱਥੋਂ ਜੇ ਆਪਾਂ ਪੈਦਲ ਜਾਣਾ ਹੋਵੇ ਤਕਰੀਬਨ 10 ਮਿੰਟ ਆਪਾਂ ਨੂੰ ਲੱਗ ਜਾਂਦੇ ਆ। ਅੱਛਾ ਜੀ, ਅਗਰ ਅੱਜ ਥੋੜ੍ਹਾ ਵੈਦਰ ਠੀਕ ਨਹੀਂ ਗਾ ਹੁਣ ਆਪਾਂ ਨੂੰ ਗੱਡੀ 'ਤੇ ਜਾਣਾ ਪਊਗਾ, ਗੱਡੀ 'ਤੇ ਜਾਣਾ। ਅੱਛਾ, ਹਾਂ ਮੀਂਹ ਨਾ ਜੇ, ਹੈ ਨਾ? ਹਾਂ ਮੀਂਹ ਕਰਕੇ ਫਿਰ ਠੀਕ ਹੈ, ਅਤੇ ਚਲੋ ਫਿਰ ਚੱਲੀਏ। ਹਾਂ ਜੀ, ਫਿਰ ਅਤੇ ਬਾਕੀ ਫੈਮਿਲੀ ਉਹ ਦੂਜੀ ਗੱਡੀ 'ਤੇ ਆਉਣਗੇ? ਉਹ ਫਿਰ ਦੂਸਰੇ ਆ ਜਾਣਗੇ। ਠੀਕ ਹੈ, ਹਾਂ ਜੀ, ਚਲੋ ਜੀ। ਓਕੇ, ਆ ਲਓ ਜੀ, ਦੋ ਬੰਦੇ ਹੋਰ ਤਿਆਰ ਹੋ ਕੇ ਆ ਗਏ, ਇਹ ਵੀ ਮਾਮਾ ਜੀ ਆਪਣੇ ਨਾਲ ਹੀ ਜਾਣਗੇ, ਇਹ ਖੁਸ਼ੀ ਅਤੇ ਮਾਮਾ ਜੀ ਦੀ ਬੇਟੀ ਸੰਦੀਪ। ਅਤੇ ਚਲੋ ਮਾਮੀ ਜੀ ਹੁਣਿਆਂ ਨੇ ਵੀ ਆਉਣਾ, ਉਹ ਆ ਜਾਣਗੇ, ਸੈਪਰੇਟ ਆ ਜਾਣਗੇ। ਚਲੋ, ਸੁਖਵੀਰ ਸਾਡਾ ਮੁੰਡਾ ਜੀ, ਇਹ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ, 2-3 ਵਲੌਗ ਪਹਿਲਾਂ ਇਹ ਏਅਰਪੋਰਟ 'ਤੇ ਜੋਬ ਕਰਦਾ, ਅਤੇ ਹੈ ਸੰਗ ਦਾ ਕਾ ਤੂੰ? ਚੱਲ ਠੀਕ ਆ, ਚੱਲ ਚੰਗਾ, ਠੀਕ ਆ, ਇਹ ਅੱਜ ਜੋਬ 'ਤੇ ਚੱਲਿਆ ਹੈਗਾ। ਅਤੇ ਬਾਹਰਲਿਆਂ ਵਾਸਤੇ ਬਈ ਸਾਰਾ ਕੁਛ ਹੀ ਜ਼ਰੂਰੀ ਹੈ, ਕੰਮ ਤਾਂ ਕਹਿੰਦੇ ਪਹਿਲਾਂ ਕੰਮ ਹੀ ਪੂਜਾ ਜਿਵੇਂ ਕਹਿੰਦੇ ਹੁੰਦੇ ਨੇ, ਠੀਕ ਹੈ। ਅਤੇ ਸਾ ਘੁੰਮਾਉਣਾ ਫਿਰਾਉਣਾ ਸਾਨੂੰ ਵੀ ਹੈਗਾ, ਅਤੇ ਨਾਲ ਕੰਮ ਵੀ ਹੈ, ਅਤੇ ਸ਼ਿਫਟਾਂ ਜੀਆਂ 'ਚ ਕੰਮ ਕਰੀ ਜਾਂਦੇ, ਕਦੇ ਉਹ ਛੁੱਟੀ ਲੈ ਲੈਂਦਾ, ਕਦੇ ਉਹ ਛੁੱਟੀ ਲੈ ਲੈਂਦਾ ਹੈਗਾ। ਅਤੇ ਬਾਕੀ ਅੱਜ ਤਾਂ ਖੈਰ ਹੈਗੇ ਅਸੀਂ 4-5 ਜਣੇ, ਇਕੱਲਾ ਸੁਖਵੀਰ ਹੀ ਕੰਮ 'ਤੇ ਜਾ ਰਿਹਾ, ਬਾਕੀ ਮਾਮਾ ਜੀ, ਮਾਮੀ ਜੀ ਅਤੇ ਨਾਲ ਭੈਣ ਹੋ ਰਹੀ ਹੈ, ਅਤੇ ਸਾਰੀ ਫੈਮਿਲੀ ਹੈ ਤਕਰੀਬਨ ਅੱਜ ਸਾਡੀ। ਅਤੇ ਤੁਹਾਨੂੰ ਨਾਲੇ ਜਿਹੜੇ ਹੋਰ ਇੱਥੋਂ ਦੇ ਪੰਜਾਬੀ ਆ ਉਹ ਵੀ ਆ ਰਹੇ ਆ, ਅਤੇ ਕਾਫੀ ਸਾਰੇ ਮਿਲਣ ਵਾਲੇ ਸਾਨੂੰ ਆ ਰਹੇ ਅੱਜ, ਅਤੇ ਗੁਰਦੁਆਰਾ ਸਾਹਿਬ, ਅਤੇ ਬਾਕੀ ਸਾਰਿਆਂ ਨਾਲ ਮਿਲਾਵਾਂਗੇ ਅੱਜ। ਇਹ ਅਸੀਂ ਪਹੁੰਚ ਗਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥ ਹਾਲ, ਅਤੇ ਇਹ ਜਿਹੜਾ ਗੁਰਦੁਆਰਾ ਸਾਹਿਬ 1998 'ਚ ਕਹਿੰਦੇ ਰੀਬਿਲਡ ਹੋਇਆ ਹੈਗਾ, ਅਤੇ ਪਹਿਲਾਂ ਇਹ ਮਾਮਾ ਜੀ ਪਹਿਲਾਂ ਵੈਸੇ ਪੁਰਾਣਾ ਗੁਰਦੁਆਰਾ ਸਾਹਿਬ ਹੈ ਨਾ? ਹਾਂਜੀ, ਪਹਿਲਾਂ ਜਿਹੜਾ ਇਹ ਗੁਰਦੁਆਰਾ ਨਕਸ਼ਾ ਹੋਰ ਤਰ੍ਹਾਂ ਦਾ ਸੀਗਾ। ਹਾਂਜੀ, ਸਿੰਗਲ ਸਟੋਰੀ ਬਣੀ ਹੋਈ ਸੀ ਇੱਥੇ, ਮਤਲਬ ਸਾਊਥ ਹਾਲ ਦੇ ਮੇਨ ਗੁਰਦੁਆਰਾ ਸਾਹਿਬ 'ਚ ਇੱਕ ਹੈ। ਪਹਿਲਾਂ ਮੇਨ ਇਹ ਸੀਗਾ, ਕਾਫੀ ਸਾਰੀਆਂ ਦਾਦਾ ਸੁਖਵੀਰ ਮੈਨੂੰ ਕਹਿੰਦਾ ਮੂਵੀਜ਼ ਵੀ ਇੱਥੇ ਬਣੀਆਂ, ਇੱਥੇ ਬਹੁਤ ਕਾਫੀ ਹਿੰਦੀ ਦੀਆਂ, ਪੰਜਾਬੀ ਦੀਆਂ, ਪੰਜਾਬੀ ਪਟਿਆਲਵੀ ਵਗੈਰਾ ਕਾਫੀ ਬਣੀਆਂ ਨੇ ਮੂਵੀ ਇੱਥੇ। ਅੱਛਾ ਜੀ, ਬਾਕੀ ਦਾ ਖਾਸੀਅਤ ਹੈ ਜਿਹੜੇ ਆਪਣੇ ਇੱਥੇ ਪਰਿਵਾਰ ਪੰਜਾਬੀ ਉੱਥੇ ਵਿਆਹ ਵੀ ਇੱਥੇ ਜ਼ਿਆਦਾ ਹੁੰਦੇ ਨੇ। ਅੱਛਾ, ਜਿਹੜੇ ਵਿਆਹ ਕਰਦੇ ਉਹ ਵੀ ਇਸ ਗੁਰਦੁਆਰਾ ਸਾਹਿਬ 'ਚ ਕਰਦੇ। ਹਾਂਜੀ ਹਾਂ, ਠੀਕ ਹੈ। ਅਤੇ ਇਹ ਰੋਡ ਦਾ, ਇਹ ਰੋਡ ਦਾ ਕਹਿੰਦੇ ਤੁਸੀਂ ਨਾਮ ਚੇਂਜ? ਖਾਸੀਅਤ ਵੀ ਜਿਹੜੇ ਇਹ ਪਹਿਲਾਂ ਰੋਡ ਦਾ ਨਾਮ ਸੀ ਹੈਵਲ ਕਰੋੜ ਕਹਿੰਦੇ ਸੀ। ਅੱਛਾ ਜੀ, ਇੱਥੇ ਦੀ ਸਰਕਾਰ ਨੇ ਜਾਂ ਕੌਂਸਲ ਨੇ ਲਾ ਲਓ ਜਾਂ ਆਪਣੇ ਜਿਹੜੇ ਸਿੰਘ ਜਿਹੜੇ ਇੱਥੇ ਕੌਂਸਲ ਦੇ ਵਿੱਚ ਕੰਮ ਕਰਦੇ ਉਹਨਾਂ ਦੀ ਸਹਿਯੋਗ ਦਾ ਸਦਕਾ ਹੁਣ ਇਹ ਰੋਡ ਦਾ ਨਾਮ ਗੁਰੂ ਨਾਨਕ ਰੋਡ ਰੱਖਿਆ। ਅੱਛਾ, ਇਹ ਸੜਕ ਦਾ ਨਾਮ ਹੀ? ਹਾਂ, ਸੜਕ ਦਾ। ਦੇਖੋ ਪੰਜਾਬ ਦੇ ਵਿੱਚ ਤਾਂ ਸੌਖੇ ਤਰੀਕੇ ਨਾਲ, ਪਰ ਇੱਥੇ ਵੀ ਆ ਕੇ ਇੰਗਲੈਂਡ ਵਰਗੇ ਮੁਲਕਾਂ ਦੇ ਨਾਮ ਚੇਂਜ ਕਰਦੇ, ਇੱਥੇ ਕਿਰਪਾ ਕੀਤੀ ਆ ਸੰਗਤ ਦੇ। ਹਾਂਜੀ, ਸਾਰੀ ਸੰਗਤ ਵੀ ਇੱਥੇ। ਰੂਲ ਇੱਥੇ ਥੋੜੇ ਜਿਹੇ ਨਾ ਔਖੇ ਹੁੰਦੇ ਆ ਚੇਂਜ, ਮਤਲਬ ਕਿਸੇ ਉਹਦਾ ਨਾਮ ਚੇਂਜ ਹੋਣਾ।
ਇਹ ਗੁਰਦੁਆਰਾ ਸਾਹਿਬ ਨਾ ਸਾਊਥ ਹਾਲ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ 'ਚ ਤੁਸੀਂ ਇੱਕ ਕਹਿ ਸਕਦੇ ਹੋ। ਵੈਸੇ ਇੰਗਲੈਂਡ ਜਾਂ ਲੰਡਨ ਦੇ 'ਚ ਨਹੀਂ ਕਹਿ ਸਕਦੇ, ਕਿਉਂਕਿ ਇੰਗਲੈਂਡ 'ਚ ਹੋਰ ਵੀ ਪੁਰਾਣੇ ਗੁਰਦੁਆਰਾ ਸਾਹਿਬ ਹੈ, ਜਿਵੇਂ ਖਾਸ ਕਰਕੇ ਲੰਡਨ 'ਚ 1940 'ਚ ਜਿਹੜਾ ਊਧਮ ਸਿੰਘ ਹੈ ਉਹ ਇੱਥੇ ਇੱਕ ਗੁਰਦੁਆਰਾ ਸਾਹਿਬ 'ਚ ਆਏ ਸੀ, ਜਦੋਂ ਮਤਲਬ ਜਨਰਲ ਡਾਇਰ ਦੇ ਇੱਥੇ ਗੋਲੀਆਂ ਮਾਰੀਆਂ, ਜ਼ਿਲ੍ਹਿਆਂ ਵਾਲੇ ਬਾਗ ਦਾ ਜਿਹੜਾ ਬਦਲਾ ਲਿਆ ਸੀਗਾ। ਉਹ ਕਿਹੜਾ ਗੁਰਦੁਆਰਾ ਸਾਹਿਬ ਹੈ? ਉਹ ਹੈਗਾ ਸ਼ੈਪਰਡਸ ਬੁਸ਼ ਗੁਰਦੁਆਰਾ, ਵੈਸਟਫੀਲਡ ਦੇ ਵਿੱਚ ਜਿਹੜਾ ਪੈਂਦਾ। ਅੱਛਾ, ਉਹ ਅਸੀਂ ਤੁਹਾਨੂੰ ਦਿਖਾਉਣਾ ਹੈਗਾ, ਮਤਲਬ ਉਹ ਜਿਹੜੀਆਂ ਹਿਸਟੋਰੀਕਲ ਸਾਈਟਸ ਹੈ, ਜਦੋਂ ਆਪਾਂ ਲੰਡਨ ਘੁੰਮਾਂਗੇ ਨਾ ਉਦੋਂ ਤੁਹਾਨੂੰ ਦਿਖਾਵਾਂਗੇ। ਉੱਥੇ ਕਾਫੀ ਸਾਰੀਆਂ ਪੁਰਾਣੀਆਂ ਹਿਸਟੋਰੀਕਲ ਚੀਜ਼ਾਂ ਪੰਜਾਬ ਨਾਲ ਜਾਂ ਸਿੱਖ ਹਿਸਟਰੀ ਨਾਲ ਸੰਬੰਧਿਤ ਪਈਆਂ ਹੈਗੀਆਂ, ਅਤੇ ਲੰਡਨ ਜਿਉਂ ਜਿਉਂ ਵਲੌਗ ਆਪਣੇ ਕੋਲ ਆਉਂਦੇ ਰਹਿਣਗੇ ਉਹ ਚੀਜ਼ਾਂ ਸਾਰੀਆਂ ਤੁਹਾਨੂੰ ਦਿਖਾਉਂਦੇ ਰਹਾਂਗੇ। ਹੁਣ ਅਸੀਂ ਇੱਥੇ ਵਿਜ਼ਿਟ ਕਰਕੇ ਅਤੇ ਉਸ ਤੋਂ ਬਾਅਦ ਫਿਰ ਜਿਹੜਾ ਜਾਣਾ ਹੈਗਾ, ਜਿਹੜਾ ਅਫਗਾਨੀਆਂ ਦਾ ਇੱਥੇ ਅਲੱਗ ਗੁਰਦੁਆਰਾ ਸਾਹਿਬ ਬਣਿਆ ਹੋਇਆ, ਉਹ ਜਿਹੜੀ ਅਫਗਾਨਿਸਤਾਨ ਤੋਂ ਕਮਿਊਨਿਟੀ ਆਈ ਹੈ ਇਕੱਲੀ, ਸ਼ਾਇਦ ਉਹ ਉਹਨਾਂ ਨੇ ਨਾ ਬਣਾਇਆ ਹੋਵੇ, ਕਿਉਂਕਿ ਜਿਹੜਾ ਸੱਦੀ ਉਹਨੂੰ ਅਫਗਾਨੀਆਂ ਦਾ ਗੁਰਦੁਆਰਾ ਜਾਂਦਾ। ਇੱਥੇ ਅੱਜ ਵੀ ਸ਼ਾਇਦ ਕੋਈ ਜਿਹੜਾ ਵਿਆਹ ਦਾ ਫੰਕਸ਼ਨ ਕੋਈ ਚੱਲ ਰਿਹਾ ਹੈਗਾ। ਸਤਿ ਸ਼੍ਰੀ ਅਕਾਲ ਬਾਈ ਜੀ, ਕਿਵੇਂ ਹੋ? ਵਧੀਆ ਵਧੀਆ ਜੀ, ਬਹੁਤ ਵਧੀਆ। ਬਾਈ ਭਰਾ ਮਾੜਾ ਜਿਹਾ ਕੰਮ ਕਰਨਾ ਪਲੀਜ਼। ਫਰਾਈਡੇ ਐਂਡ ਸੈਟਰਡੇ ਪੰਜਾਬੀ ਕਲਾਸਿਸ ਵੀ ਲੱਗਦੀਆਂ ਨੇ। ਮੈਂ ਔਰ ਸੁਖਵੀਰ ਅਸੀਂ ਇੱਥੋਂ ਸੰਥਿਆ ਲੈ ਕੇ ਪੰਜਾਬੀ ਸਿੱਖ ਕੇ ਇੱਥੇ ਵੱਡੇ ਹੋਇਆਂਗੇ। ਸੋ ਅੱਜ ਵੀ ਸਾਰੀ ਮਤਲਬ ਸੰਥਿਆ ਜਾਂ ਪੰਜਾਬੀ? ਹਾਂਜੀ ਹਾਂਜੀ, ਐਵਰੀ ਫਰਾਈਡੇ ਸੈਟਰਡੇ ਇੱਥੇ ਯਾ ਸ਼ਾਮ ਨੂੰ ਯਾ, ਐਂਡ ਇੱਥੇ ਐਕਸੀਬਿਸ਼ਨਸ ਵੀ ਲੱਗਦੀਆਂ ਰਹਿੰਦੀਆਂ ਨੇ ਕਿ ਜਿਹੜੇ ਇੱਥੋਂ ਦੇ ਨੌਜਵਾਨ ਆ ਗਏ ਉਹਨਾਂ ਨੂੰ ਨਾਲ ਦੀ ਨਾਲ ਆਪਣੇ ਇਤਿਹਾਸ ਬਾਰੇ ਆਪਣੀ ਹਿਸਟਰੀ ਬਾਰੇ ਪਤਾ ਲੱਗਦਾ ਰਹੇ। ਇਸੇ ਕਰਕੇ ਲਾਇਬ੍ਰੇਰੀ ਬਣਾਈ ਹੋਈ ਹੈ। ਹਾਂਜੀ ਹਾਂਜੀ, ਅਤੇ ਇਹ ਸਾਰਾ ਪ੍ਰੋਫੈਸਰ ਗੁਰਮੁਖ ਸਿੰਘ ਲਾਇਬ੍ਰੇਰੀ, ਜਵਾਕਾਂ ਨੂੰ ਪੰਜਾਬੀ ਨਾਲ ਜੋੜਿਆ ਜਾ ਸਕੇ, ਜਵਾਕਾਂ ਨੂੰ ਮਾਂ ਬੋਲੀ ਸਿਖਾਈ ਜਾ ਸਕੇ। ਉਹ ਉੱਥੇ ਕੁਛ ਪੇਰੈਂਟਸ ਆਉਂਦੇ ਆ ਅਤੇ ਨਾਲ ਆਪਣੇ ਨਿਆਣਿਆਂ ਨੂੰ ਸਾਰੀ ਇਸ ਤਰ੍ਹਾਂ ਦੀ ਜਿਹੜੀ ਗੁਰਮੁਖੀ ਹੈ, ਮਾਂ ਬੋਲੀ, ਉਹ ਆਪਣੀ ਸਿਖਾਉਂਦੇ। ਅਤੇ ਹੁਣ ਅਸੀਂ ਇੱਥੋਂ ਨਿਕਲਣ ਲੱਗੇ ਹਾਂ ਇਸ ਗੁਰਦੁਆਰਾ ਸਾਹਿਬ ਤੋਂ, ਅਤੇ ਟਾਈਮ ਸਾਡੇ ਕੋਲ ਸ਼ੋਰਟ ਹੈ, ਸ਼ੋਰਟ 'ਚੋਂ ਸ਼ੋਰਟ। ਠੀਕ ਹੈ ਜੀ, ਚਲੋ ਠੀਕ ਹੈ, ਸ਼ੁਕਰੀਆ, ਮਿਲਦੇ ਹਾਂ। ਅੱਜ ਨਾ ਸੰਡੇ ਨੂੰ ਅਸੀਂ ਟਾਈਮ ਦਿੱਤਾ ਸੀ ਅਤੇ ਕੁਛ ਤਾਂ ਬਾਈ ਬਾਹਲੀ ਦੂਰੋਂ ਚੱਲ ਗਿਆ। ਕਿੱਥੋਂ ਆਏ ਹੋ? ਮੇਰੇ ਲੈਸਟਰ ਤੋਂ। ਕਿੰਨੇ ਮਾਈਲ ਆ? ਇੱਥੋਂ ਹੈਗਾ 80 ਮਾਈਲ ਹੈਗਾ ਵੀਰੇ। ਸ਼ੁਕਰੀਆ ਭਰਾ, ਥੈਂਕ ਯੂ ਸੋ ਮੱਚ, ਪਿਆਰ ਤੁਹਾਡੇ ਲਈ ਬਹੁਤ ਸਾਰਾ, ਇੰਨੀ ਦੂਰੋਂ ਚੱਲ ਗਏ ਹੈ। ਅਤੇ ਚਲੋ, ਕਿੱਥੋਂ? ਪੰਜਾਬ ਤੋਂ? ਪੰਜਾਬ ਤੋਂ, ਫਗਵਾੜਾ ਸ਼ਹਿਰ। ਫਗਵਾੜਾ ਸ਼ਹਿਰ ਤੋਂ? ਹਾਂਜੀ। ਦੁਆਬੇ ਵਾਲੇ ਦੱਬੀ ਬੈਠੇ ਹੋ? ਫਿਰ ਮੈਂ ਤਾਂ ਇਹ ਗੱਲ ਕਹਿਣੀ ਹੈ, ਕਿਉਂ ਮਾਮਾ ਜੀ? ਸਹੀ ਹੈ ਨਾ, ਆਪਣਾ ਮਾਲਵਾ ਬਹੁਤ ਘੱਟ ਹੈ ਇੱਥੇ। ਹਾਂ, ਦੁਆਬੇ ਵਾਲੇ ਜ਼ਿਆਦਾ ਹੈ। ਚਲੋ ਸ਼ੁਕਰੀਆ ਵੀਰੇ, ਬਿਲਕੁਲ ਜੀ ਜੀ ਜੀ, ਚੰਗਾ ਬਾਈ ਜੀ। ਬਰਮਿੰਘਮ ਮੈਂ ਕਿਹਾ ਜਦੋਂ ਆਓਗੇ ਤੇ ਲੈਸਟਰ ਉਥੋਂ 40 ਮਾਈਲ ਹੈ ਤੇ ਤੁਸੀਂ ਜਰੂਰ ਸਾਡੇ ਨਾਲ ਮਾਰ ਕੇ ਜਾਇਓ। ਐਤਕੀ ਨਾ ਹੋ ਸਕਿਆ ਨਾ ਤਾਂ ਜੂਨ ਚ ਸਾਡੇ ਕੋਲ 1 ਮਹੀਨਾ ਲਈ ਉਦੋਂ ਆਵਾਂਗੇ, ਉਦੋਂ ਮਿਲ ਲਾਂਗੇ। ਠੀਕ ਹੈ, ਜਰੂਰ, ਧੰਨਵਾਦ ਜੀ। ਚੰਗਾ ਮਿੱਤਰ ਪਿਆਰੇ ਜੀ, ਸਤਿ ਸ਼੍ਰੀ ਅਕਾਲ ਬਾਈ, ਚੰਗਾ, ਮਿਲਦੇ ਆ ਫਿਰ। ਠੀਕ ਹੈ, ਓਕੇ। ਤੇ ਹੁਣ ਅਸੀਂ ਚੱਲੇ ਆ ਜੀ ਗੁਰਦੁਆਰਾ ਗੁਰੂ ਨਾਨਕ ਦਰਬਾਰ, ਜਿਹੜਾ ਅਫਗਾਨਿਸਤਾਨ ਦੇ ਜਿਹੜੇ ਉੱਥੋਂ ਦੇ ਕਮਿਊਨਿਟੀ ਹੈ, ਜਿੰਨੇ ਉੱਥੋਂ ਸਿੱਖ ਆਏ ਆ, ਅਤੇ ਉਹਨਾਂ ਨੇ ਬਣਾਇਆ ਸਾਰਾ। ਅਤੇ ਉਹ ਗੁਰਦੁਆਰਾ ਸਾਹਿਬ ਹੁਣੇ ਬਣਿਆ, ਕਿਉਂਕਿ ਮਾਈਗ੍ਰੇਟ ਹੁਣੇ ਹੋ ਗਿਆ ਆ, ਜ਼ਿਆਦਾ ਵੈਸੇ ਪੁਰਾਣਾ ਹੈ ਨਹੀਂ ਗਾ, ਅਤੇ 15 ਸਾਲ ਪਹਿਲਾਂ ਦਾ ਕਹਿੰਦੇ ਆ। ਅਤੇ ਫਿਰ ਸਾਨੂੰ ਐਂ ਸੀ, ਕਿਉਂਕਿ ਹਰ ਇੱਕ ਦੀ ਨਾ ਇੱਕ ਇੱਥੇ ਸਟਰਗਲ ਵਾਲੀ ਲਾਈਫ ਆ, ਜਿਵੇਂ ਮੰਨ ਲਓ ਆਪਣੇ ਪੰਜਾਬੀ ਆਏ, ਵੈਸੇ ਤਾਂ ਬਹੁਤ ਪਹਿਲੀਆਂ 'ਚ ਜਦੋਂ
ਫਸਟ ਵਰਲਡ ਵਾਰ ਲੱਗੀ ਹੈ ਜਾਂ ਸੈਕਿੰਡ ਤੋਂ ਪਹਿਲਾਂ ਤਾਂ ਸ਼ਹੀਦ ਊਧਮ ਸਿੰਘ ਹੁਣੀ ਵੀ ਇੱਥੇ ਆ ਗਏ ਸੀ, ਫਸਟ ਦਾ ਤੁਸੀਂ ਕਾਊਂਟ ਕਰ ਸਕਦੇ ਹੋ। ਉਦੋਂ ਪਹਿਲਾਂ ਦੇ ਪੰਜਾਬੀ ਇੱਥੇ ਰਹਿਣ ਲੱਗੇ। ਘਰੋਂ ਦੇਖ ਲਓ, ਜਿਵੇਂ ਮੈਂ ਹਰ ਕਿਤੇ ਬੋਲਦਾ, ਇੰਨੀਆਂ ਮਿਹਨਤਾਂ ਕੀਤੀਆਂ ਹੋਣੀਆਂ, ਘਰੋਂ ਸਿਰਫ ਇੱਕ ਟੈਚੀ ਲੈ ਕੇ ਆਏ ਸੀ ਅਤੇ ਕਿੰਨਾ ਕੁਛ ਆ, ਗੁਰੂ ਘਰ ਇੱਥੇ ਖੜ੍ਹੇ ਕੀਤੇ ਜਾਂ ਮੰਦਰ ਬਣਾਏ, ਆਪਣੀਆਂ ਰਿਲੀਜੀਅਸ ਪਲੇਸਿਸ ਬਣਾਈਆਂ, ਕਿੱਡੇ ਕਿੱਡੇ ਘਰ ਬਾਰ ਲੈ ਲਏ। ਇਹ ਮਿਹਨਤਾਂ ਮਸ਼ੱਕਤਾਂ ਦੀ ਕੰਮ ਹੈ ਅਤੇ ਉਹੀ ਅਫਗਾਨੀ ਸਿੱਖਾਂ ਨਾਲ, ਉਹ ਤਾਂ ਆਪਣੇ ਨੂੰ ਵੀ ਦੁਰਦਸ਼ਾ ਵਾਲੀ ਹਾਲਤ 'ਚੋਂ ਨਿਕਲ ਕੇ ਆਇਆ ਹੈ ਨਾ। ਆਪਾਂ ਤਾਂ ਫਿਰ ਵੀ ਪੰਜਾਬ 'ਚ ਚਲੋ ਖੇਤੀਬਾੜੀ ਹੈਗੀ ਹੈ, ਸਾਰਾ ਕੁਛ ਹੈਗਾ, ਅਤੇ ਹੁਣ ਉੱਥੇ ਚੱਲਦੇ ਹਾਂ, ਉਹ ਤੁਹਾਨੂੰ ਦਿਖਾਉਂਦੇ ਹਾਂ। ਸਾਊਥ ਹਾਲ ਨਾ ਵੈਸੇ ਛੋਟਾ ਜੀ ਆ ਅਤੇ ਇਸ ਛੋਟੇ ਜਿਹੇ ਏਰੀਏ 'ਚ ਹੀ ਮਤਲਬ ਬਹੁਤ ਕੁਛ ਆ। ਤੁਸੀਂ ਜਿਵੇਂ ਕਹਿ ਸਕਦੇ ਹੋ, ਲੁਧਿਆਣਾ ਤਾਂ ਹਾਲਾਂਕਿ ਬਹੁਤ ਵੱਡਾ ਹੋਣਾ, ਲੁਧਿਆਣੇ ਦੀ ਪਾਪੂਲੇਸ਼ਨ ਵੀ ਬਹੁਤ ਆ, ਅਤੇ ਸਾਊਥ ਹਾਲ 'ਚ ਸੰਦੀਪ ਰਹਿੰਦੇ ਹੋਣੇ 30-40 ਹਜ਼ਾਰ ਪੰਜਾਬੀ ਤਾਂ? ਹਾਂਜੀ, ਆਰਾਮ ਨਾਲ। ਇੰਨੇ ਕੁ ਤਾਂ ਜਿਹੜੇ ਅਕਾਊਂਟਡ ਆ ਗਏ, ਕਿਉਂਕਿ ਕਈਆਂ ਦੇ ਜਿਹੜੇ ਇੱਥੇ ਆਪਣੇ ਰਹਿੰਦੇ ਆ, ਕਾਗਜ਼ ਨਹੀਂ ਹੈਗੇ ਜਿਨ੍ਹਾਂ ਦੇ, ਜਾਂ ਉਹ ਫਿਰ ਵਿੱਚ ਗਿਣਤੀ ਦੇ ਆਉਂਦੇ ਨੇ, 30 ਹਜ਼ਾਰ ਹੋਣਗੇ। ਹਾਂ, ਵੱਧ ਤੋਂ ਵੱਧ ਜ਼ਿਆਦਾ ਹੋਣਗੇ। ਅਤੇ ਲੁਧਿਆਣੇ ਤੋਂ ਵੀ ਵੈਸੇ ਛੋਟਾ ਹੋਣਾ, ਲੁਧਿਆਣੇ ਦਾ ਮੈਂ ਵੱਡਾ ਕਹਿਦਾ ਮੇਰੇ ਖਿਆਲ 'ਚ ਨਾ, ਪੰਜਾਬ ਦੇ ਕਿਸੇ ਛੋਟੇ ਜ਼ਿਲ੍ਹੇ ਜਿੱਡਾ ਕਹਿ ਸਕਦੇ ਹੋ ਯਾਰ ਤੁਸੀਂ। ਬਰਨਾਲਾ ਤਾਂ ਜ਼ਿਆਦਾ ਛੋਟਾ ਹੋ ਗਿਆ, ਪਟਿਆਲਾ ਬਸ ਤੁਸੀਂ ਸਮਝ ਲਿਓ ਆਪ ਹੀ, ਕਾਫੀ ਵੱਡਾ ਨਹੀਂ ਹੈਗਾ। ਅਤੇ ਕਮਿਊਨਿਟੀ ਆਪਣੀ ਸਾਰੀ ਇੱਥੇ ਰਹਿਣ ਕਰਕੇ ਤਾਂ ਵੱਡਾ ਲੱਗਦਾ। ਅਤੇ ਇੱਥੋਂ ਸਾਨੂੰ ਵਾਕਿੰਗ ਡਿਸਟੈਂਸ 'ਤੇ ਗੁਰਦੁਆਰਾ ਸਾਹਿਬ ਕਿੰਨੇ ਮਿੰਟ ਲੱਗਣੇ ਆ ਆਪਾਂ ਨੂੰ? ਤੁਸੀਂ ਆਈ ਥਿੰਕ 4 ਮਿੰਟ ਲੱਗਣਗੇ। ਅੱਛਾ, 4-5 ਮਿੰਟ 'ਚ ਅਸੀਂ ਪਹੁੰਚ ਜਾਵਾਂਗੇ। 4 ਮਿੰਟ ਦੇ ਡਿਸਟੈਂਸ ਦੇ ਵਿੱਚ ਆਪਾਂ ਨੂੰ ਵਾਕਿੰਗ ਡਿਸਟੈਂਸ ਦੇ ਵਿੱਚ 3 ਗੁਰਦੁਆਰਾ ਸਾਹਿਬ ਆ ਗਏ, ਠੀਕ ਹੈ, ਐਂਡ 1 ਮੰਦਰ ਆ ਇੱਥੇ। ਸੋ ਲੋਕ ਜਿੱਦਾਂ ਬਸ ਉਹ ਮੰਦਰ ਦੇ ਵੀ ਦਰਸ਼ਨ ਕਰਨੇ ਆ, ਠੀਕ ਹੈ। ਇਹਦੀ ਖਾਸ ਗੱਲ ਇਹ ਹੈਗੀ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਗਾ ਜਾਂ ਇਹਨੂੰ ਰੀਨੋਵੇਟ ਕਰਾਇਆ ਗਿਆ, ਇਹ ਸਾਰਾ ਸੰਗਤ ਨੇ ਆਪ, ਅਫਗਾਨੀ ਸੰਗਤ ਨੇ ਆਪਦਾ ਪੈਸਾ ਜਿੱਦਾਂ ਕੰਟਰੀਬਿਊਸ਼ਨਸ ਕਰਕੇ, ਫੈਮਿਲੀਜ਼ ਨੇ, ਇਹਨਾਂ ਨੇ ਆਪ ਖੁਦ ਖੜਾ ਕੀਤਾ। ਅੱਛਾ, ਕੱਲੇ ਅਫਗਾਨਿਸਤਾਨ ਦੇ ਸਿੱਖਾਂ ਨੇ ਬਣਾਇਆ ਤਾਂ ਇਹਨੂੰ ਅਫਗਾਨੀ ਗੁਰਦੁਆਰਾ ਕਹਿੰਦੇ ਆ। ਸੋ ਜਿੰਨੇ ਆਪਾਂ ਪਹਿਲਾਂ ਮੈਂਸ਼ਨ ਕੀਤਾ ਸੀ ਨਾ ਕਿ ਹੈਵਲੋਕ ਦੇ ਵਿੱਚ ਵਿਆਹ ਹੁੰਦੇ ਹੈਗੇ, ਇੱਥੇ ਮੇਨਲੀ ਜਿੰਨੀ ਵੀ ਆਪਣੀ ਇੱਥੇ ਅਫਗਾਨੀ ਸਿੰਘਾਂ ਦੀ ਪਾਪੂਲੇਸ਼ਨ, ਇਹਨਾਂ ਦੇ ਸਾਰੇ ਫੰਕਸ਼ਨ ਹਾਲ ਵੀ ਬਣੇ ਹੋਏ ਆ, ਵਿਆਹ ਸ਼ਾਦੀਆਂ ਸਪੈਸ਼ਲੀ ਉਹਨਾਂ ਨੇ ਆਪਣਾ। ਹਾਂਜੀ ਹਾਂਜੀ, ਦੇਖ ਲਓ ਜੀ, ਉਹੀ ਮਿਹਨਤ ਮਸ਼ੱਕਤ ਵਾਲੀ ਗੱਲ ਸੀ, ਇੱਥੇ ਤਾਂ ਘਰ ਲੈਣਾ ਔਖਾ ਹੋ ਜਾਂਦਾ ਹੈਗਾ ਇਹੋ ਜਿਹੇ ਬਾਹਰਲੇ ਦੇਸ਼ਾਂ 'ਚ ਆ ਕੇ। ਚਲੀਏ ਮਾਮਾ ਜੀ। ਹਾਂਜੀ ਹਾਂਜੀ, ਚਲੋ ਅੰਦਰ ਕਰਾਈਏ ਦਰਸ਼ਨ ਮਾੜਾ ਜੀ। ਹਰਪਨ ਪਹਿਲਾਂ ਨਾ ਆਹ ਥਾਂ ਗੁਰਦੁਆਰਾ ਸਾਹਿਬ ਵਾਸਤੇ ਖਰੀਦੀ ਸੀ। ਹਾਂਜੀ, ਇੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਰਿਹਾ ਕਾਫੀ ਚਿਰ, ਫਿਰ ਉਦੋਂ ਬਾਅਦ ਦੇ ਵਿੱਚ ਸੰਗਤ ਵੱਲੋਂ ਆਹ ਲੈ ਕੇ। ਅੱਛਾ, ਇਹ ਮਤਲਬ ਸਭ ਤੋਂ ਪਹਿਲੀ ਜਗ੍ਹਾ ਇਹ ਹੈ? ਪਹਿਲੀ ਇਹ ਜਗ੍ਹਾ ਸੀ, ਠੀਕ ਹੈ। ਅਤੇ ਇਹ ਫਿਰ ਬਾਅਦ ਦੇ ਵਿੱਚ ਬਣੀ ਆਏ, ਹੁਣ ਬਣਾਈ ਹੈ ਮਤਲਬ ਨਵੀਂ। ਇਹ ਕਦੋਂ ਬਣੀ ਹੈ ਜੀ? ਇਹ ਤਕਰੀਬਨ ਮੇਰਾ ਖਿਆਲ ਇਹ ਜਗ੍ਹਾ ਸੀ ਜਿਹੜੀ ਤਾਂ 2003 ਦੀ ਗੱਲ ਆ ਪੁਰਾਣੀ, ਆਹ ਤਾਂ ਫਿਰ ਹੁਣੇ ਬਣੀ ਬਾਅਦ ਦੇ ਵਿੱਚ ਬਣਾਈ ਹੈ, ਠੀਕ ਹੈ। ਆਹ ਜਗ੍ਹਾ ਜਿਹੜੀ ਸੰਗਤ ਨੇ ਆਹ ਹੋਣਾ ਨਵਾਂ ਬਣਾਇਆ ਗਾ, ਇਹ ਤਾਂ ਜਮੀ ਬਿਲਕੁਲ ਹੀ ਨਵਾਂ ਬਣਿਆ। ਅੰਦਰ ਤੁਸੀਂ ਜਾ ਕੇ ਵੇਖੋਗੇ ਤੁਹਾਨੂੰ ਪਤਾ ਲੱਗੇ ਵੀ ਹਾਂ ਸਥਾਨ ਬਣਿਆ ਕੋਈ ਮਾਰਾ। ਅੱਛਾ ਜੀ, ਦੇਖ ਆਪਣੇ ਲਈ ਤਾਂ ਹਰੇਕ ਬਣਾਉਂਦਾ ਘਰ। ਹਾਂਜੀ, ਪਰ ਇਹ ਜਿਹੜੀ ਸੰਗਤ ਆ ਇੱਥੇ ਬੜੀ ਪਿਆਰ ਵਾਲੀ ਸੰਗਤ ਆ, ਉਹ ਕਹਿੰਦੀ ਵੀ ਪਹਿਲਾਂ ਗੁਰੂ ਦਾ ਘਰ ਜਿਹੜਾ ਸਾਡੇ ਨਾਲ ਉਦਾਂ ਹੋਣੇ ਹੋਇਆ ਵੀ ਇੱਦਾਂ ਹੀ ਆ। ਅੱਛਾ, ਤੁਸੀਂ ਜਾ ਕੇ ਵੇਖੋਗੇ ਅੰਦਰ, ਤੁਹਾਨੂੰ ਪਤਾ ਲੱਗੇਗਾ ਵੀ ਹਾਂ ਸੰਗਤ ਨੇ ਕਿੰਨੇ। ਚਲੋ ਆ ਜੀ, ਗੁਰਦੁਆਰਾ ਸਾਹਿਬ ਬਣਾਇਆ। ਇੱਥੇ ਮੈਨੂੰ ਲੱਗਦਾ ਸੰਗਤ ਵੀ ਇਕੱਲੀ ਅਫਗਾਨੀ ਆਉਂਦੀ ਹੈ, ਬਾਕੀ ਜਿਵੇਂ ਪਿਛਲੇ ਗੁਰਦੁਆਰਾ ਸਾਹਿਬ 'ਚ ਨਾ ਸੰਗਤ ਬਹੁਤ ਸੀ, ਇੱਥੇ ਦੇਖ ਲਓ ਜੁੱਤਿਆਂ ਵਾਲਾ ਵੀ ਬਿਲਕੁਲ ਖਾਲੀ ਪਏ ਆ ਇਹ। ਵੈਸੇ ਨਾ ਦੇਖ ਲਓ ਵੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਜਿਹੜੀ ਹੋ ਰਹੀ ਹੈ ਆਪਣੀ ਕਮਿਊਨਿਟੀ 'ਚ ਖਾਸ ਕਰਕੇ, ਜਾਂ ਕਿਸੇ ਵੀ ਰਿਲੀਜਨ 'ਚ ਲਾ ਲਓ।
ਜਿਹੜੇ ਮਤਲਬ ਜਾਤ ਪਾਤ ਹੁੰਦੀ ਹੈ ਨਾ, ਅਤੇ ਗੁਰੂ ਸਾਹਿਬਾਨ ਨੇ ਤਾਂ ਇਹ ਚੀਜ਼ 'ਚੋਂ ਕੱਢਿਆ ਸੀਗਾ, ਅਤੇ ਖਾਲਸਾ ਸਾਜੀ ਤਾਂ ਸੀ ਪੰਜ ਪਿਆਰੇ ਜਿਹੜੇ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਨੇ ਜਿਹੜੇ ਸਾਜੇ ਸੀ, ਇਸੇ ਕਰਕੇ ਸਾਜੇ ਸੀ ਵੀ ਜਾਤਾਂ ਪਾਤਾਂ 'ਚੋਂ ਬੰਦਾ ਕੱਢ ਸਕੇ। ਅਤੇ ਹੁਣ ਫਿਰ ਆਪਾਂ ਉੱਥੇ ਹੀ ਫਸੇ ਹੋਏ ਹਾਂ, ਅਲੱਗ ਅਲੱਗ ਉਹੀ ਮਤਲਬ ਆਹ ਤੇਰਾ ਆਹ ਮੇਰਾ, ਕਿਉਂਕਿ ਪਰਮਾਤਮਾ ਤਾਂ ਇੱਕੋ ਹੀ ਆ, ਸਾਰਾ ਕੁਛ ਇੱਕੋ ਹੀ ਆ। ਅਤੇ ਇੱਥੇ ਬੜੀ ਇਹ ਗੱਲ ਦੀ ਮੈਨੂੰ ਨਾ ਹੈਰਾਨੀ ਹੋਈ ਵੀ ਇੱਥੇ ਦੇਖ ਲਓ ਆਪਣੇ ਕਮਿਊਨਿਟੀ ਦਾ ਪਤਾ ਨਹੀਂ, ਈਵਨ ਕਿ ਇਹ ਵੀ ਹੋ ਸਕਦਾ ਵੀ ਅੱਜ ਨਾ ਕੋਈ ਮੈਂਬਰ ਆਇਆ ਹੋਵੇ, ਅਤੇ ਹੋ ਸਕਦਾ ਆਉਂਦੇ ਹੋਣ, ਮੈਂ ਵੀ ਇੱਥੇ ਗਲਤ ਹੋ ਸਕਦਾ। ਪਰ ਸਾਨੂੰ ਅੱਜ ਦੇਖਣ ਨੂੰ ਇੱਕ ਵੀ ਆਪਣਾ ਪੰਜਾਬ ਦਾ ਇੱਧਰਲੇ ਬੰਦੇ ਇੱਧਰਲਾ ਪੰਜਾਬ ਦਾ ਆਪਣੇ ਚੜ੍ਹਦੇ ਪੰਜਾਬ ਤੋਂ ਕੋਈ ਵੀ ਨਹੀਂ ਮਿਲਿਆ, ਸਾਰੇ ਅਫਗਾਨੀ ਸੀਗੇ ਇਕੱਲੇ। ਅਤੇ ਤਾਂ ਹੀ ਕਰਕੇ ਮਤਲਬ ਇਹ ਗੁਰਦੁਆਰਾ ਸਾਹਿਬ ਨੂੰ ਸੱਦੇ ਹੀ ਤਾਂ ਕਰਕੇ ਅਫਗਾਨੀਆਂ ਦਾ ਜਾਂਦਾ। ਹੁਣ ਆਪਾਂ ਕਿੱਧਰ ਨੂੰ ਜਾਣਾ ਜੀ? ਹੁਣ ਆਪਾਂ ਜਾਣਾ ਜੀ ਗੁਰਦੁਆਰਾ ਪਾਰਕ ਐਵਨਿਊ ਉਹ, ਹਾਂਜੀ, ਜਿੱਥੇ ਸ੍ਰੀ ਗੁਰੂ ਸਿੰਘ ਸਭਾ ਜੋ ਪਹਿਲਾਂ ਆਪਾਂ ਜਾ ਕੇ ਗੁਰੂ ਨਾਨਕ ਰੋਡ 'ਤੇ, ਇਹੀ ਦੂਸਰੀ ਬ੍ਰਾਂਚ ਉੱਥੇ ਮਤਲਬ ਸਥਾਨ ਆ, ਹੈ ਨਾ? ਅੱਛਾ ਜੀ। ਹੁਣ ਉੱਥੇ ਜਾਣਾ, ਉੱਥੇ ਸੰਗਤ ਵੀ ਬਹੁਤ ਤੁਹਾਨੂੰ ਪਿਆਰ ਕਰਨ ਵਾਲੇ ਉਡੀਕ ਰਹੇ ਨੇ। ਅੱਛਾ ਜੀ, ਤੁਹਾਨੂੰ ਮਿਲਣਾ ਆਪਾਂ ਜਾ ਕੇ। ਚਲੋ ਠੀਕ ਹੈ, ਮਿਲਦੇ ਹਾਂ ਜੀ। ਕਾਰ 'ਤੇ ਜਾਣਾ ਪੈਣਾ ਇੱਥੋਂ ਨੇੜੇ? ਕੋਈ ਮੀਂਹ ਮੌਸਮ ਖਰਾਬ ਹੈ ਨਾ ਫਿਰ। ਠੀਕ ਆ, ਕਾਰ 'ਤੇ ਚੱਲਦੇ ਆ, ਚਲੋ ਫਿਰ ਵੇਟ ਕਰਨ ਵਾਲੇ ਤੋਂ ਵੇਟ ਨਹੀਂ ਨਾ। ਹਾਂਜੀ, ਇਹ ਅਸੀਂ ਪਹੁੰਚ ਗਏ ਹਾਂ ਜੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ। ਜੀ ਜੀ ਜੀ, ਬਹੁਤ ਵਧੀਆ ਚੜ੍ਹਦੀ ਕਲਾ ਚ। ਹਾਂਜੀ, ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ? ਠੀਕ ਠਾਕ ਹੋ ਵੀਰੇ? ਮੈਂ ਬਦਰੇ ਤੋਂ ਆ। ਅੱਛਾ, ਲੈਫਰ ਤੋਂ ਸਾਡੇ ਜ਼ਿਲ੍ਹੇ ਦੇ, ਆਜੋ ਮਿਲਦੇ ਆ। ਹਾਂਜੀ, ਬਦਰਾ ਇਹ ਕਿੱਥੇ? ਬਦਰਾ ਧੂਰਕੋਟ। ਸਤਿ ਸ੍ਰੀ ਅਕਾਲ ਜੀ। ਹਾਂਜੀ, ਕਿਵੇਂ ਹੋ? ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ? ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਦੇਖੋ ਵੇਟ ਕੀ ਹਾਲ ਹੈ ਜੀ। ਓ ਸ਼ੁਕਰੀਆ, ਸਤਿ ਸ੍ਰੀ ਅਕਾਲ ਬਾਪੂ ਜੀ। ਨਹੀਂ ਨਹੀਂ, ਦੂਜੇ ਗੁਰਦੁਆਰਾ ਸਾਹਿਬ ਚ ਚਲੇ ਗਏ, ਉੱਥੇ ਵੀ ਫਿਰ ਮਿਲਣਾ। ਸਾਰੇ ਨਾਲ ਫੋਟੋਆਂ ਖਿਚਾਵਾਂਗੇ ਜੀ, ਸਾਰੇ ਨਾਲ ਖਿਚਾਵਾਂਗੇ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਅੱਛਾ ਜੀ, ਆਓ, ਸ਼ੁਕਰੀਆ ਸ਼ੁਕਰੀਆ, ਥੈਂਕ ਯੂ ਸੋ ਮਚ, ਸਤਿ ਸ੍ਰੀ ਅਕਾਲ ਜੀ। ਹਾਂਜੀ ਥੈਂਕ ਯੂ, ਥੈਂਕ ਯੂ ਜੀ, ਆਏ ਜੀ ਤੁਹਾਡੇ ਨਾਲ। ਇਹ ਪਿੱਛੇ ਪਿੱਛੇ ਨੂੰ ਵੀਡੀਓ ਬਣ ਰਹੀ ਹੈ ਤੁਹਾਡੀ। ਹਾਂ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਮਾਤਾ ਜੀ, ਜਿੰਨੀਆਂ ਕਹੋਗੇ ਅੱਜ ਸਾਰਿਆਂ ਦੀ ਫੋਟੋ ਖਿੱਚ ਕੇ ਜਾਣੀ ਆਪਾਂ। ਹਾਂਜੀ ਥੈਂਕ ਯੂ। ਮੈਂ ਕਹਿੰਦਾ ਵਾਰੀ ਵਾਰੀ ਨਾਲੋਂ ਕੱਲਾ ਕੱਲਾ ਖਿੱਚ ਲੋ, ਛੇਤੀ ਵਾਰੀ ਆਜੂਗੀ, ਹੈ ਨਾ? ਸਹੀ ਹੈ ਨਾ? ਪਹਿਲਾਂ ਆ ਬਜ਼ੁਰਗ ਬਾਪੂ ਜੀ, ਇਹਨਾਂ ਨੂੰ ਖਿੱਚ ਲੈਣ ਦੇ। ਆਜੋ ਆਜੋ ਆਜੋ, ਲੰਮਾ ਖਿੱਚ ਲੈ, ਬਾਪੂ ਜੀ ਐਨ ਇੰਨੀ ਸੇਵ ਕਰ ਦਿਆਂਗੇ, ਪੱਕੀ ਯਾਦਗਾਰ ਬਣ ਜੂਗੀ। ਹੈਲੋ, ਆਜੋ ਜੀ, ਥੈਂਕ ਯੂ, ਥੈਂਕ ਯੂ। ਮੈਂ ਕਹਿੰਦੀ ਆ ਠੀਕ ਆ ਵੀ ਕੱਲੇ ਕੱਲੇ ਵਾਲੀ, ਹੈ ਨਾ? ਅੱਧੇ ਤਾਂ ਅੱਜ ਰੁੱਸ ਕੇ ਭੱਜਣਗੇ ਵੀ ਸਾਡੇ ਨਾਲ ਨਹੀਂ ਖਿੱਚੀ। ਤੁਹਾਡੇ ਸਾਰੇ ਬਲੌਗ ਦੇਖੀ ਦੇ ਆਪਾਂ ਜੀ। ਅੱਛਾ, ਸ਼ੁਕਰੀਆ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਮੇਰੀ ਗੱਲ ਸੁਣੋ ਸਾਰਿਆਂ ਨੇ, ਚਲੋ ਕਾਲੀ ਹੋ ਜਾਣਾ, ਆਪਾਂ ਐਂ ਕਰੋ, ਅਸੀਂ ਇੱਥੇ ਖੜ ਜਾਂਦੇ, ਇਕੱਲਾ ਇਕੱਲਾ ਕੇ ਖਿਚਾ ਕੇ ਜਾਈਏ, ਈਜ਼ੀ ਹੋ ਜੂਗਾ, ਹੈ ਨਾ? ਥੋੜਾ ਈਜ਼ੀ ਹੋ ਜੂਗਾ, ਤੁਹਾਡੇ ਲਈ ਵੀ ਈਜ਼ੀ ਆ, ਸਾਡੇ ਲਈ ਵੀ ਈਜ਼ੀ। ਸਤਿ ਸ੍ਰੀ ਅਕਾਲ ਜੀ, ਆਂਟੀ ਸਾਡੇ ਸਪੈਸ਼ਲ ਵਲੌਗ ਬਣਾਉਣੇ ਸ਼ੁਰੂ ਕਰਤੇ ਇਹਨਾਂ ਨੇ, ਲਾਈਕ ਕਰੋ, ਸਬਸਕ੍ਰਾਈਬ ਕਰੋ, ਹੁਣ ਸਾਰੇ ਤੁਹਾਨੂੰ ਕਰਨਗੇ ਲਾਈਕ। ਥੈਂਕ ਯੂ ਜੀ, ਸ਼ੁਕਰੀਆ। ਓ ਬਾਈ ਥੈਂਕ ਯੂ, ਇਹਦੀ ਤਾਂ ਜ਼ਰੂਰਤ ਨਹੀਂ ਸੀ ਵੀਰੇ। ਓ ਨਾ, ਹੈਲੋ।
ਓਕੇ ਭਾਜੀ ਹਾਂਜੀ ਥੈਂਕ ਯੂ ਵੀਰੇ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਇਹ ਸਾਰੀ ਸੰਗਤ ਹੈ ਜੀ ਸਾਊਥ ਵਾਲ ਦੀ ਮੈਂ ਕਿਹਾ ਕਈ ਕਿਸੇ ਨਾਲ ਫੋਟੋ ਰਹਿ ਜਾਂਦੀ ਆ ਫਿਰ ਉਸ ਤਰ੍ਹਾਂ ਜਾਣ ਤੇ ਸਾਰਿਆਂ ਦੀ ਹਾਜ਼ਰੀ ਇੱਕ ਵਾਰ ਵਲੌਗ 'ਚ ਲੱਗ ਜੇ ਹੈ ਨਾ ਤੇ ਸ਼ੁਕਰੀਆ ਤੁਹਾਡਾ ਸਭ ਦਾ ਤੁਸੀਂ ਸਾਡੇ ਲਈ ਟਾਈਮ ਕੱਢਿਆ ਤੇ ਥੈਂਕ ਯੂ ਸੋ ਮੱਚ ਕਈ ਆਪਣੇ ਕੰਮਾਂਕਾਰਾਂ ਨੂੰ ਛੱਡ ਗਏ ਵਿਚਾਰੇ ਆਪਣੇ ਅਰਜੇ ਮੈਨੂੰ ਛੱਡ ਗਏ ਹਾਂਜੀ ਕੋਈ ਰਹਿਣਾ ਨਹੀਂ ਚਾਹੀਦਾ ਉਹ ਕਹਿੰਦੇ ਰਸ ਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਥੈਂਕ ਯੂ ਸੋ ਮੱਚ ਬਹੁਤ ਸਾਰਾ ਪਿਆਰ ਸਤਿਕਾਰ ਤੁਹਾਨੂੰ ਇੰਗਲੈਂਡ ਨੂੰ ਹਾਂਜੀ ਬਾਪੂ ਜੀ ਲੈ ਬਚ ਗਿਆ ਤੁਹਾਡੇ ਤੇ ਕਹਿ ਹੋਰ ਕੈਮਰਾ ਮਾਰੀਏ ਤੁਹਾਡੇ ਤੇ ਥੋੜਾ ਜਿਹਾ ਇਹ ਬਾਪੂ ਜੀ ਪੱਕੇ ਯੂਕੇ ਵਾਲੇ ਆ ਪੱਕੇ ਯੂਕੇ ਵਾਲੇ ਹੋ ਬਿਲਕੁਲ ਠੀਕ ਆ ਠੀਕ ਆ ਚੜ੍ਹਦੀ ਕਲਾ ਚ ਰਹੋ ਮੈਂ ਸਵੇਰ ਤੋਂ ਸ਼ਾਮ ਤੱਕ ਲੱਗਾ ਰਹਿੰਦਾ ਉਹ ਜਿਵੇਂ ਕੈਨੇਡਾ ਵਾਲੇ ਕਹਿੰਦੇ ਹੁੰਦੇ ਆ ਸਾਡਾ ਜੀ ਨਹੀਂ ਲੱਗਦਾ ਕੈਨੇਡਾ ਦਾ ਨਰਕ ਹੈ ਤੁਸੀਂ ਤਾਂ ਨਹੀਂ ਕਹਿੰਦੇ ਨਹੀਂ ਨਹੀਂ ਮੇਰਾ ਸਾਰਾ ਪਰਿਵਾਰ ਇੱਥੇ ਆ ਸਵਰਗ ਲੱਗਦਾ ਤੁਹਾਨੂੰ ਤਾਂ ਬਿਲਕੁਲ ਲੈ ਚਲੋ ਵਧੀਆ ਵਧੀਆ ਚੜ੍ਹਦੀ ਕਲਾ ਚ ਰਹੋ ਮੇਰਾ ਸਾਰਾ ਪਰਿਵਾਰ ਇੱਥੇ ਆ ਹਾਂਜੀ 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 ਕਿੰਨੇ ਸਾਲ ਹੋ ਗਏ ਮੈਂ ਆਪਣੇ 20 ਸਾਲ ਹੋ ਗਏ ਮੈਨੂੰ ਆਏ ਨੂੰ ਅੱਛਾ ਪਹਿਲਾਂ ਮੈਂ ਕਲਕੱਤੇ ਸੀ ਬੱਸ ਚਲਾਉਂਦਾ ਅੱਛਾ ਜੀ ਫਿਰ ਮੈਂ ਚਲਾ ਗਿਆ ਇੰਗਲੈਂਡ ਦੀ ਕੰਪਨੀ ਚ ਦੁਬਈ ਅੱਛਾ ਜੀ 20 ਸਾਲ ਉੱਥੇ ਕੰਮ ਕੀਤਾ ਉਹ ਮੈਂ ਪਹਿਲੀ ਵਾਰੀ ਵਿਜ਼ਿਟ ਵੀਜ਼ੇ ਤੇ ਆਇਆ ਸੀ 1986 ਚ ਅੱਛਾ ਜੀ ਹਾਂਜੀ 86 ਦੇ ਆਏ ਹੋ ਹਾਂਜੀ ਚਲੋ ਨਹੀਂ 86 ਚ ਮੈਂ ਪਹਿਲੀ ਵਾਰੀ ਆਇਆ ਤੇ ਉਹ ਪੱਕਾ ਮੈਂ 2004 ਚ ਜੀ 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 10 ਅਕਤੂਬਰ ਚ ਜੀ 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 ਸ਼ੁਕਰੀਆ ਬਾਈ ਜੀ ਸਾਰਿਆਂ ਦਾ ਇਹ ਬਾਈ ਜੀ ਦੀ ਅੱਜ ਦੀ ਸਭ ਤੋਂ ਵੱਡੀ ਸੇਵਾ ਹੈ ਤੇ ਇਹਨਾਂ ਨੇ ਪਤਾ ਨਹੀਂ ਕਿੰਨੀਆਂ 300-400 ਫੋਟੋ ਖਿੱਚਦੀ ਹੋਣੀ ਰਾਤ ਨੂੰ ਐਂ ਕਰੀ ਜਾਣਗੇ ਪਏ ਸਹੀ ਹੈ ਕਿ ਨਹੀਂ ਤੁਹਾਡੇ ਨਾਲ ਸਪੈਸ਼ਲ ਤੁਹਾਨੂੰ ਵੀਡੀਓ ਜੋ ਮਰਜ਼ੀ ਤੁਹਾਡੇ ਲਈ ਖੁੱਲ੍ਹਾ ਟਾਈਮ ਹੈ ਥੈਂਕ ਯੂ ਅਤੇ ਬਾਕੀ ਆ ਕੁਛ ਹੋਰ ਹਾਂਜੀ ਕੁਛ ਹੋਰ ਸੰਗਤਾਂ ਹੀ ਜਾਂਦੀਆਂ ਫਿਰ ਸਾਨੂੰ ਐਂ ਸਾਰਿਆਂ ਨੂੰ ਮਿਲਾ ਦਈਏ ਇਹ ਮੇਰੇ ਮਾਮਾ ਜੀ ਸਾਰੇ ਸਾਊਥ ਵਾਲ ਦੇ ਮਾਮਾ ਜੀ ਹੋ ਗਏ ਖੁਸ਼ੀ ਕਰਾਓ ਫੋਟੋ ਅੱਛਾ ਸ਼ੁਕਰੀਆ ਜੀ ਥੈਂਕ ਯੂ ਕੀ ਹਾਲ ਚਾਲ ਹਾਂਜੀ ਆ ਜਾਓ ਜੀ ਲਓ 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 ਪਹੁੰਚ ਗਏ ਤੁਸੀਂ ਵੀ ਠੀਕ ਹੈ ਸਵੇਰ ਦੇ ਵੇਟ ਕਰਦੇ ਸ਼ੁਕਰੀਆ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਇਹ ਅਫਰੀਕਾ ਵਾਲੇ ਸਿੰਘ ਆ ਗਏ ਜੀ ਉੱਥੇ ਅਸੀਂ ਕਹਿੰਦੇ ਹੁੰਦੇ ਸੀ ਵੀ ਅਫਰੀਕਾ ਵਾਲੇ ਕੀਨੀ ਵਾਲੇ ਤੰਜਾਨੀ ਵਾਲੇ ਯੂਕੇ ਮੂਵ ਹੋਇਆ ਤੁਹਾਡੀਆਂ ਪੱਗਾਂ ਤੋਂ ਪਛਾਣ ਆ ਜਾਂਦੀ ਹੈ ਜੀ ਦੁਨੀਆ ਭਰ 'ਚ ਪਛਾਣ ਬਣਾ ਰਹੇ ਹੁਣ ਤੁਸੀਂ ਹੈ ਜੀ ਥੈਂਕ ਯੂ ਸੋ ਮਚ ਜੀ ਸ਼ੁਕਰੀਆ ਤੁਹਾਡਾ ਇਹ ਜਿਹੜੇ ਮਾਮਾ ਜੀ ਆ ਨਾ ਸਾਡੇ ਜਗਤ ਮਾਮਾ ਜੀ ਹੋ ਗਏ ਸਾਰੇ ਸਾਊਥ ਵਾਲ ਦੇ ਮਾਮਾ ਜੀ ਆ ਤੇ ਤੁਹਾਨੂੰ ਸਿਫਾਰਿਸ਼ ਲਾ ਕੇ ਫੋਟੋ ਪਹਿਲਾਂ ਕਰਾਈ ਜਾ ਰਹੀ ਹੈ ਹੈ ਮਾਮਾ ਜੀ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਅੱਛਾ ਤੁਸੀਂ ਇਕੱਠੇ ਕੰਮ ਕਰਦੇ ਮਾਮਾ ਜੀ ਦੀ ਕੋਈ ਸ਼ਿਕਾਇਤ ਤਾਂ ਨਹੀਂ ਹੈਗੀ ਤੇ ਜਿੰਨੇ ਜਿੰਨੇ ਸੰਗਤ ਨਾ ਵੈਸੇ ਤਾਂ ਪੂਰਾ ਟਾਈਮ ਕੱਢ ਕੇ ਅਸੀਂ 2 ਘੰਟੇ ਕੱਢ ਕੇ ਆਏ ਸੀਗੇ ਤੇ ਸਪੈਸ਼ਲੀ ਇਸ ਜਗ੍ਹਾ ਕਿਉਂਕਿ ਟਾਈਮ ਦਿੱਤਾ ਹੋਇਆ ਸੀ ਸਾਰੀ ਸੰਗਤ ਨੂੰ ਮਿਲਣ ਦਾ ਤੇ ਫਿਰ ਓਬਵੀਅਸਲੀ ਟਾਈਮ ਕੱਢ ਕੇ ਵੀ ਆਉਣੇ ਅਸੀਂ ਨਾ ਤੇ ਫਿਰ ਵੀ ਕਿਸੇ ਕੋਈ ਰਹਿ ਗਿਆ ਹੋਵੇ ਤੇ ਕਿਸੇ ਨੂੰ ਨਾ ਮਿਲਿਆ ਗਿਆ ਹੋਵੇ ਵੈਸੇ ਸਾਡੇ ਵੱਲੋਂ ਅਸੀਂ ਸੈਟਿਸਫਾਈਡ ਕੀਤਾ ਸਾਰਿਆਂ ਨੂੰ ਪਰ ਜੱਗ ਕਹਿੰਦੇ ਹੁੰਦੇ ਜਿੱਤਿਆ ਨਹੀਂ ਜਾਂਦਾ ਹੁੰਦਾ ਤੇ ਥੈਂਕ ਸੋਰੀ ਉਹਨਾਂ ਤੋਂ ਜਿੰਨਾ ਲਈ ਹੈ ਨਾ ਜਿਹੜੇ ਆਏ ਚੱਲ ਕੇ ਸਾਡੇ ਲਈ ਸਪੈਸ਼ਲ ਬਹੁਤ ਸਾਰਾ ਪਿਆਰ ਸਤਿਕਾਰ ਥੈਂਕ ਯੂ ਸੋ ਮੱਚ ਤੁਹਾਡਾ ਤੁਸੀਂ ਆਪਣੇ ਨਿਰਜੇਵਿਆਂ 'ਚੋਂ ਸਾਡੇ ਇੱਕ ਛੋਟੇ ਜਿਹੇ ਉਹਦੇ 'ਤੇ ਮੈਸੇਜ 'ਤੇ ਤੁਸੀਂ ਸਾਰੇ ਮਿਲਣ ਦੇ ਲਈ ਇੱਕ ਥਾਂ ਇਕੱਠੇ ਹੋਏ ਕਿਉਂਕਿ ਡਿਫਰੈਂਟ ਡਿਫਰੈਂਟ ਜਗ੍ਹਾ 'ਤੇ ਸਾਰਿਆਂ ਨੂੰ ਮਿਲਣਾ ਸੀ ਜਿਹੜਾ ਉਹ ਥੋੜ੍ਹਾ ਮੁਸ਼ਕਲ ਸੀਗਾ ਸਮੂਹ ਸੰਗਤ ਦਾ ਸ਼ੁਕਰੀਆ ਜੀ ਇਹ ਆਂਟੀ ਜੀ ਬਰਨਾਲੇ ਤੋਂ ਨੇ ਮੈਨੂੰ 3-4 ਵਾਰ ਕਹਿਤਾ ਪੁੱਤ ਮੈਨੂੰ ਵਲੌਗ 'ਚ ਲੈ ਲਿਆ ਹੁਣ ਤੁਸੀਂ ਆ ਗਏ ਠੀਕ ਹੈ ਥੈਂਕ ਯੂ ਹਰੇਕ ਦੀ ਖੁਆਇਸ਼ ਹੁੰਦੀ ਆ ਵੀ ਅਸੀਂ ਵਲੌਗ 'ਚ ਹਾਂਜੀ ਕੋਈ ਗੱਲ ਨਹੀਂ ਸ਼ੁਕਰੀਆ ਤੁਹਾਡਾ ਸਭ ਦਾ ਬਾਕੀ ਜਿਹਦੀ ਫੋਟੋ ਰਹਿ ਗਈ ਹੁਣ ਅਸੀਂ ਅੰਦਰ ਦਰਸ਼ਨ ਕਰੇ ਹੀ ਆ ਕੇ ਖਿੱਚਦੇ ਹਾਂ
ਠੀਕ ਹੈ ਜੀ। ਵੈਸੇ ਆਪਾਂ ਸਾਰੇ ਨੇ ਖਿੱਚ ਲਿਆ, ਅਸੀਂ ਬਈ ਤੁਹਾਨੂੰ ਉਹਦੇ ਫੋਲੋ ਕਰ ਜਿਹਨੂੰ ਭੈਣ ਨੇ ਕਿਹਾ ਸੀ ਨਾ ਸ਼ੈਂਪੀ ਦੀ ਗੱਡੀ ਬਿਲਕੁਲ ਤਿਆਰ ਹੈ। ਹਾਂਜੀ ਹਾਂ, ਥੈਂਕ ਯੂ। ਕਿੱਥੇ ਤਿਆਰ ਸੀ? ਕਸ਼ਮੀਰ, ਕਸ਼ਮੀਰ ਸੀ, ਕਸ਼ਮੀਰ ਦਾ, ਕਸ਼ਮੀਰ ਟੂਰ ਤੋਂ ਫੋਲੋ ਕਰ ਰਹੇ ਸਾਨੂੰ। ਬੇਸ਼ੱਕ ਟਾਈਮ ਹੋ ਗਿਆ ਵਲੌਗ ਸ਼ੂਟ ਕੀਤੇ ਨੂੰ, ਪਰ ਯਾਦ ਸਾਰਾ ਰਹਿੰਦਾ ਕਿਉਂਕਿ ਸਾਰਾ ਕੁਝ ਦਿਲ ਨਾਲ ਕਨੈਕਸ਼ਨ ਹੈ ਨਾ। ਚਲੋ ਥੈਂਕ ਯੂ, ਬਾਕੀ ਅੰਦਰ ਦਰਸ਼ਨ ਕਰ ਲਈਏ ਜੀ, ਹੈ ਨਾ। ਰਿਕਾਰਡ ਕਿਵੇਂ ਕਰਦਾ ਵੀ ਮਾਈਨਸ ਤੋਂ ਜਾ ਕੇ ਪਲੱਸ ਵਿੱਚ ਆਣਾ, ਅਸੀਂ ਤਾਂ ਆਪ ਕਹਿ ਕੇ ਬਿਲਕੁਲ 40-45 ਡਿਗਰੀ ਤੋਂ 45 ਡਿਗਰੀ ਇਥੋਪੀਆ ਚ ਇੱਥੇ ਸਵਿਟਜ਼ਰਲੈਂਡ ਆ ਗਏ। ਜੀ ਜੀ, ਸ਼ੁਕਰੀਆ, ਥੈਂਕ ਯੂ, ਥੈਂਕ ਯੂ। ਤੇ ਲਓ ਜੀ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ। ਹਾਂਜੀ, ਸਤਿ ਸ਼੍ਰੀ ਅਕਾਲ ਭੈਣੇ, ਕਿਵੇਂ ਹੋ, ਠੀਕ ਠਾਕ ਹੋ ਜੀ? ਹਾਂਜੀ, ਫੋਟੋ ਕਰਦੇ ਹਾਂ ਇੱਕ ਮਿੰਟ। ਇਹ ਗੁਰਦੁਆਰਾ ਸਾਹਿਬ ਹੈ, ਸਿੰਘ ਸਭਾ ਸਾਊਥ ਹਾਲ, ਇਹੋ ਜਿਹਾ ਇਹ ਅਤੇ ਬਾਹਰਲਾ ਪਾਸਾ, ਅਤੇ ਸੰਗਤ ਨੇ ਬਾਹਰ ਹੀ ਸਾਰਿਆਂ ਨੇ ਰੋਕ ਲਿਆ ਹੁਣ। ਕਾਫੀ ਟਾਈਮ ਤੋਂ ਵੇਟ ਕਰਦੇ ਸੀ, ਇਹਨਾਂ ਨੂੰ ਕਹਿ ਵੀ ਨਹੀਂ ਸਕਦੇ ਸੀ ਕਿ ਤੁਸੀਂ ਜਾਓ, ਅਤੇ ਅਸੀਂ ਦਰਸ਼ਨ ਵੀ ਨਹੀਂ ਕੀਤੇ, ਲੰਗਰ ਵੀ ਨਹੀਂ ਛਕਿਆ। ਪਿਛਲੇ 1.5 ਤੋਂ 2 ਘੰਟਿਆਂ ਤੋਂ ਤਸਵੀਰਾਂ ਹੀ ਚੱਲ ਰਹੀਆਂ। ਜਾਣਾ ਤੁਸੀਂ ਕਿ ਰੁਕਣਾ ਜੀ? ਜੇ ਲੰਗਰ ਛਕਣਾ, ਆ ਜਾਓ ਆ ਜਾਓ ਆ ਜਾਓ, ਫਿਰ ਇਕੱਠੇ ਛਕਦੇ ਲੰਗਰ। ਇਹ ਭੈਣ ਨੂੰ ਸਾਡੇ ਨੂੰ ਜ਼ਿਆਦਾ ਚਾਅ ਚੜਿਆ ਸਾਡੇ ਆਉਣ ਦਾ, ਕਿਉਂਕਿ ਸਾਡੇ ਏਰੀਏ ਦੀ ਹੈ, ਹੈ ਨਾ। ਬਦਰਾ ਦੱਸਿਆ ਸੀ, ਬਦਰਾ ਇੱਕ ਵੀਰਾ ਵੀ ਮਿਲਿਆ ਸੀ ਧੂਰਕੋਟ ਤੋਂ, ਅਤੇ ਉਹ ਵੀ ਸਾਡੇ ਇਲਾਕੇ ਦਾ ਸੀ, ਆਪਣੇ ਜ਼ਿਲ੍ਹੇ ਦਾ। ਵੈਸੇ ਚਲੋ ਪੰਜਾਬ ਦਾ ਸਾਰੇ ਇਕੱਠਿਆ, ਪਰ ਮਾਣ ਹੁੰਦਾ ਆਪਣੇ ਜ਼ਿਲ੍ਹੇ ਦਾ, ਹੈ ਨਾ। ਥੈਂਕ ਯੂ ਸੋ ਮਚ, ਮਿਲਾਂਗੇ ਜਲਦੀ, ਟਾਈਮ ਲੱਗਿਆ ਤਾਂ ਘਰ ਆਵਾਂਗੇ, ਹੈ ਨਾ। ਜ਼ਰੂਰ, ਸ਼ੋਰ ਸ਼ੋਰ ਕੋਈ ਗੱਲ ਨਹੀਂ, ਥੈਂਕ ਯੂ ਸੋ ਮਚ। ਹਾਂਜੀ ਜੀ, ਕੀ ਹਾਲ ਹੈ? ਅੱਛਾ, ਅੱਛਾ, ਸ਼ੋਰ ਕੋਈ ਗੱਲ ਨਹੀਂ, ਮਿਲਾਂਗੇ, ਹੈ ਨਾ। ਹਾਂਜੀ, ਥੈਂਕ ਯੂ ਜੀ ਜੀ, ਥੈਂਕ ਯੂ, ਚਲੋ। ਹਾਂਜੀ, ਵਧੀਆ ਜੀ, ਸ਼ੁਕਰੀਆ, ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ। ਸਤਿ ਸ਼੍ਰੀ ਅਕਾਲ ਬਾਈ ਜੀ, ਕਿਵੇਂ ਹੋ, ਠੀਕ ਠਾਕ? ਇਹ ਅੰਦਰਲੇ ਪਾਸਿਓਂ ਦਰਬਾਰ ਹਾਲ ਹੈ। ਅੱਛਾ, ਇੱਧਰਲੇ ਪਾਸੇ ਆ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ। ਵਿੱਚ ਅੰਮ੍ਰਿਤ ਜਲ ਛਾਇਆ, ਤੇਰਾ ਨਾਮ ਕਰੀ ਚਨਣਾ ਠੀਆ, ਜੇ ਮਨ ਔਰ ਸਾ ਹੋਏ ਕਰੇ, ਰਿਗ ਜੀਵਨ ਕਰਮ ਕਰੇ, ਨਾਮ ਵਿਹੂਣੇ ਆਦਮੀ ਤੇਰਾ, ਹੁਣ ਦੱਸ ਕੀ ਹੈ? ਹਾਂ, ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ? ਜੋ ਪਰਿਵਾਰ ਦਾ ਬ੍ਰਦਰ ਹੈ। ਆਹੋ, ਠੀਕ ਹੈ, ਅੱਛਾ ਅੱਛਾ, ਸਤਿ ਸ਼੍ਰੀ ਅਕਾਲ ਜੀ। ਮਿਲੇ ਸੀ ਆਪਾਂ ਪਹਿਲਾਂ, ਨਿਕਰੇ ਰਾਤ ਰਹੇ ਸੀ ਤੁਸੀਂ? ਆਹ, ਠੀਕ ਹੈ, ਠੀਕ ਹੈ। ਬ੍ਰਦਰ ਦਾ ਡੱਲ ਪਿੰਡ। ਅੱਛਾ, ਹਾਂਜੀ ਹਾਂਜੀ, ਜੋਬਨ ਨੂੰ ਤਾਂ ਮੈਂ ਜਾਣਦਾ, ਪਰ ਮੈਨੂੰ ਤੁਹਾਡਾ ਨਹੀਂ ਯਾਦ ਸੀਗਾ ਵੀ ਉਹ ਤੁਸੀਂ ਮਿਲੇ, ਤੁਹਾਨੂੰ ਯਾਦ? ਅੱਛਾ, ਚਲੋ, ਕਦੋਂ ਆਏ ਇੱਥੇ? ਮੈਂ ਅਗਸਤ ਚ ਆਇਆ ਸੀ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਸਾਰੇ ਬਲੌਗ ਦੇ। ਥੈਂਕ ਯੂ ਜੀ, ਥੈਂਕ ਯੂ, ਤੁਹਾਡਾ ਡਾਟਰ ਬਹੁਤ ਕਿਊਟ ਆ। ਥੈਂਕ ਯੂ, ਨਿਆਣੇ ਸਾਰੇ ਕਿਊਟ ਆ ਇੱਥੇ। ਦੱਸ, ਬੋਲ। ਮੈਂ ਤੁਹਾਡੀ ਵੀਡੀਓਜ਼ ਦੇਖਦਾ, ਸਾਰੀ ਦੇਖਦਾ। ਹਾਂਜੀ, ਪੰਜਾਬੀ ਜਿੱਦਾਂ ਕਿ ਬਹੁਤ ਸੋਹਣੀ ਬੋਲਦਾ। ਉੱਥੋਂ ਤੂੰ ਕੁੜਤਾ ਪਜਾਮਾ ਪਾ ਲਿਆ, ਮਾਰ ਹੀ ਸੁੱਟਿਆ ਚੰਦਰਿਆ। ਇੱਥੇ ਇੱਥੇ ਦੀ ਬੋਰਨ ਹੈ, ਇੱਥੇ ਦਾ ਬੋਰਨ, ਠੀਕ ਹੈ, ਵਧੀਆ, ਪੰਜਾਬ ਨਾਲ ਜੁੜਿਆ ਹੋਇਆ, ਸੋਨੇ ਤੇ ਸੁਹਾਗ ਹੈ। ਚੰਗਾ, ਮਿਲਦੇ ਆ ਫਿਰ, ਹੈ।
ਠੀਕ ਹੈ, ਦੁਬਾਰਾ ਫਿਰ ਮਿਲਾਂਗੇ ਦੋ ਤਿੰਨ ਮਹੀਨੇ ਬਾਅਦ ਆਉਣਾ, ਠੀਕ ਹੈ। ਜਿੰਨੇ ਵੀ ਨਾ ਸੰਗਤ ਆਈ ਸੀ ਅੱਜ, ਸਾਰਿਆਂ ਤੋਂ ਵੱਧ ਥੈਂਕ ਯੂ ਹੈ ਮੇਰੇ ਭਰਾ ਦਾ। ਕਿੱਥੋਂ ਤੁਸੀਂ? ਪੰਜਾਬ ਤੋਂ? ਆਪਾਂ ਰੋਪੜ ਤੋਂ। ਅੱਛਾ, ਰੋਪੜ ਤੋਂ। ਟੀਵੀ 12 ਹੈ ਇਹਨਾਂ ਦੇ ਨਾ, ਮੰਮੀ ਆ ਜਿਹੜੇ ਉਹ ਮੇਰੇ ਏਰੀਆ ਦੇ ਨਾਲ, ਸੋ ਕਨੈਕਸ਼ਨ ਹੈ ਤੁਹਾਡੇ। ਕਿੱਥੋਂ ਦੇ? ਪਾਤੜਾਂ ਦੇ। ਠੀਕ ਹੈ, ਠੀਕ ਹੈ। ਤੇ ਇਹਨਾਂ ਨੇ ਇੰਨਾ ਕੁ ਜ਼ਿਆਦਾ ਪੇਸ਼ੈਂਸ ਰੱਖੀ ਨਾ, ਮੈਨੂੰ ਲੱਗਦਾ ਇੱਕ ਘੰਟੇ ਤੋਂ ਵਿਚਾਰੇ ਟਿਕ 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 ਇੱਕ ਡੇਢ ਘੰਟੇ ਤੋਂ ਫੋਟੋ ਹੀ ਖਿੱਚ ਰਹੇ ਆ ਸਾਰਿਆਂ ਦੀਆਂ। ਥੈਂਕ ਯੂ ਅਗੇਨ, ਹੈ ਸ਼ੁਕਰੀਆ ਤੁਹਾਡਾ ਬਹੁਤ ਬਹੁਤ। ਹਾਂਜੀ, ਥੈਂਕ ਯੂ ਸੋ ਮੱਚ। ਇਹ ਮਾਤਾ ਜੀ ਦੇਖ ਲਓ, ਪਛਾਣੋ ਇਹਨਾਂ ਨੂੰ ਕਿੱਥੇ ਮਿਲੇ ਸੀਗੇ ਅੱਜ। ਮਾਤਾ ਜੀ ਫੇਰ ਮੇਲੇ ਹੋ ਗਏ ਆਪਣੇ ਗੁਰਦੁਆਰੇ ਅੱਜ ਹੋ ਗਏ। ਹਾਂਜੀ, ਮੈਂ ਦੱਸਣਾ ਨਹੀਂ ਸੀਗਾ, ਤਾਂਗ ਸੀਗੀ ਮੈਂ ਵੇਲੇ ਨਾਲ ਨਿਕਲਣਾ ਸੀ, ਪਿੰਡ ਉੜ ਗਿਆ, ਫੋਨ ਲਾ ਲਿਆ ਮੁੰਡੇ ਨੂੰ, ਤਾਂ ਲੇਟ ਹੋ ਗਈ, ਤਾਂ ਕੁਦਰਤ ਹੀ ਮਿਲ ਪਏ। ਮੈਨੂੰ ਬਹੁਤ ਪਿਆਰ ਸੀ ਤੁਹਾਡੇ ਨਾਲ ਮਿਲਣ ਦਾ। ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। ਥੈਂਕ ਯੂ ਵੈਰੀ ਮਚ। ਮੇਰੀ ਤਾਂ ਖੁਸ਼ੀ ਦੀ ਫੋਟੋ ਬਣਾ ਰਹੇ ਆ। ਬਣ ਗਈ ਮਾਤਾ ਜੀ, ਆ ਦੇ ਫੋਟੋ ਬਣੀ ਜਾਂਦੀ ਹੈ ਨਾਲ ਹੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਕਿਵੇਂ ਹੋ? ਠੀਕ ਠਾਕ ਹੋ? ਜੀ 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 ਜੀ, ਸਤਿ ਸ਼੍ਰੀ ਅਕਾਲ। ਅੱਛਾ, ਸ਼ੁਕਰੀਆ ਜੀ, ਸ਼ੁਕਰੀਆ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਹਾਂਜੀ, ਹੁਣ ਅਸੀਂ ਚੱਲੇ ਜੀ ਇੱਕ ਹੋਰ ਗੁਰਦੁਆਰਾ ਸਾਹਿਬ। ਸੰਦੀਪ, ਕਿਹੜੇ ਚੱਲੇ ਆ? ਗੁਰਦੁਆਰਾ ਗੁਰੂ ਮਾਨਿਓ ਗ੍ਰੰਥ। ਗੁਰੂ ਮਾਨਿਓ ਗ੍ਰੰਥ, ਇਹਨੂੰ ਮੰਗਟ ਵਾਲਾ ਵੀ ਕਹਿੰਦੇ ਆ, ਮੰਗਟ ਹਾਲ ਕਹਿੰਦੇ ਆ। ਤੇ ਉੱਥੇ ਗੁਰਦੁਆਰਾ ਸਾਹਿਬ ਜਾ ਕੇ ਬਾਕੀ ਗੱਲਾਂ ਬਾਤਾਂ ਕਰਦੇ ਹਾਂ, ਦੱਸਦੇ ਹਾਂ ਤੇ ਉਹ ਸਾਰਾ ਗੁਰਦੁਆਰਾ ਸਾਹਿਬ ਬਾਰੇ। ਲਓ ਜੀ, ਬੈਠੀਏ, ਸੰਗਤ ਨਾਲ ਮਿਲਣੀਆਂ ਗਿਲਣੀਆਂ ਬਹੁਤ ਰਹੀਆਂ, ਟਾਈਮ ਵਾਹਵਾ ਲੱਗਦਾ ਰਿਹਾ। ਅਤੇ ਸਾਡੇ ਭੈਣ ਜੀ ਨੇ ਜੀ ਸੰਦੀਪ ਕੌਰ, ਅਤੇ ਇਹਨਾਂ ਨੇ ਦੇਖ ਲਓ ਲੇਟ ਕਰਾਤਾ ਇਹਨਾਂ ਨੂੰ ਵੀ ਅਸੀਂ ਪ੍ਰਸ਼ਾਦੇ ਨੂੰ। ਭੁੱਖੇ ਤਾਂ ਨਹੀਂ ਮਰੇ ਅੱਜ? ਗੁਨੂੰ ਤਾਂ ਮੈਂ ਪ੍ਰਸ਼ਾਦਾ ਖਵਾਉਣੀ ਭੁੱਲ ਗਈ ਘਰੇ। ਅੱਛਾ, ਚੱਲ ਕੋਈ ਨਹੀਂ, ਸੰਗਤ ਦਾ ਪਿਆਰ ਸੀ, ਸਾਰੇ ਮਿਲਣ ਆਏ ਸੀ, ਉਡੀਕਦੇ ਸੀ। ਫਿਰ ਮੈਂ ਇੱਥੇ ਉਹ ਕੀਤਾ ਇਹਨੂੰ, ਲੰਗਰ ਛਕਾਇਆ ਵਿਚਾਰੇ। ਅੱਛਾ, ਇਹ ਪਹੁੰਚ ਗਏ ਅਸੀਂ ਗੁਰਦੁਆਰਾ ਸਾਹਿਬ, ਅਤੇ ਇਹ ਹੁਣ ਹਿਸਟਰੀ ਇਹਦੀ ਮਾਮਾ ਜੀ ਦੱਸਣਗੇ। ਇਹ ਕਹਿੰਦੇ ਨੇ ਇਹ ਮੰਗਟ ਦੇ ਨਾਮ ਨਾਲ ਮਸ਼ਹੂਰ ਹੈਗਾ। ਇਹ ਬਿਲਕੁਲ ਘਰਾਂ ਦੇ ਵਿੱਚ ਹੀ ਹੈ ਨਾ ਸੰਦੀਪ? ਹਾਂਜੀ, ਜਿਵੇਂ ਸਾਹਮਣੇ ਘਰ ਇਹ ਪਹਿਲਾਂ ਐਕਚੁਅਲੀ ਚਰਚ ਹੁੰਦਾ ਸੀਗਾ। ਅੱਛਾ, ਸੋ ਆਪੇ ਜੀ ਹੈ ਉਦੋਂ ਦਾ ਲੱਗ ਰਿਹਾ। ਅੱਛਾ, ਚਰਚ ਹੁੰਦਾ ਸੀ ਪਹਿਲਾਂ ਚਰਚ ਤੇ, ਸੋ ਫਿਰ ਜਿਨ੍ਹਾਂ ਨੇ ਇਹ ਡੈਡੀ ਤੁਹਾਨੂੰ ਜ਼ਿਆਦਾ ਦੱਸਣਗੇ ਇਹਦੀ ਹਿਸਟਰੀ। ਚਲੋ ਜੀ, ਪਹਿਲਾਂ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਗੁਰੂ ਗ੍ਰੰਥ ਸਾਹਿਬ ਦੇ, ਤੇ ਗੁਰੂ ਮਾਨਿਓ ਗ੍ਰੰਥ ਸੰਦੀਪ ਨੇ ਕਿਹਾ ਸੀ ਇਹ ਗੁਰੂ ਗ੍ਰੰਥ ਗੁਰਦੁਆਰਾ ਇਹ ਨਾਮ ਹੈ ਗੁਰਦੁਆਰਾ ਸਾਹਿਬ ਦਾ ਜੀ। ਸੋ ਸਭ ਕੁਝ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਭਾਈ, ਅਸੀਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਆਪਾਂ ਬਾਣੀ ਪੜ੍ਹਨੀ, ਇਸ ਕਰਕੇ ਆਓ ਹੁਣ ਆਨੰਦ ਸਾਹਿਬ ਜੀ ਦਾ ਕੰਮ ਕਰਕੇ ਆਪਾਂ ਸਮਾਪਤੀ ਕਰਨੀ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇਹ ਅੰਦਰਲੇ ਪਾਸਿਓ ਨਾ ਸਾਰੀ ਇਮਾਰਤ ਤਾਂ ਹੀ ਪੁਰਾਣੀ ਲੱਗਦੀ ਜਿਵੇਂ ਕਿਹਾ ਸੀ ਨਾ ਕਿ ਕੀ ਹਾਲ ਹੈ ਬਾਈ ਜੀ, ਠੀਕ ਠਾਕ ਹੋ? ਹਾਂਜੀ, ਬਹੁਤ ਵਧੀਆ। ਅਤੇ ਚਰਚ ਹੁੰਦੀ ਸੀ ਪਹਿਲਾਂ, ਸਾਰੀ ਇਹ ਆਫਿਸ ਆ ਗਿਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਠੀਕ ਠਾਕ ਹੋ? ਚੜ੍ਹਦੀ ਕਲਾ ਜੀ, ਸਭ ਖਾਲਸਾ ਵਾ ਜੀ, ਫਤਿਹ ਜੀ। ਅਤੇ ਹੁਣ ਅਸੀਂ ਆ ਗਏ ਗੁਰਦੁਆਰਾ ਸਾਹਿਬ ਦੇ ਇਹਦੇ ਬਾਹਰਲੇ ਪਾਸੇ, ਅਤੇ ਬਾਕੀ ਜਿਹੜਾ ਮੰਦਰ ਹੈ ਹੋ ਸਕਦਾ ਹੈ ਵੀ ਇਸੇ ਵਲੋਗ 'ਚ ਜਾਂ ਨਹੀਂ ਅਗਲੇ ਵਲੋਗ 'ਚ, ਤਾਂ ਪੱਕਾ ਤੁਹਾਨੂੂੰ ਜਿਹੜੇ ਮੰਦਰ ਹੈ ਇੱਥੇ ਦੋ ਉਹਨਾਂ ਦੇ ਦਰਸ਼ਨ ਕਰਾਵਾਂ, ਕਿਉਂਕਿ ਨਾ ਮਤਲਬ ਟਾਈਮ ਵਾਹਵਾ ਹੋ ਗਿਆ, ਸੰਗਤ ਉੱਥੇ ਜ਼ਿਆਦਾ ਸੀ ਮਿਲਣ ਵਾਲੀ। ਮਾਮਾ ਜੀ ਇਹਨੂੰ ਕਿਉਂ ਕਿਹਾ ਜਾਂਦਾ ਮੰਗਟ ਵਾਲਾ ਗੁਰਦੁਆਰਾ ਸਾਹਿਬ? ਡਾਕਟਰ ਸੀਗਾ ਮੰਗਟ, ਹਾਂਜੀ, ਮੰਗਟ ਮਾਲੋ ਦਾ ਸਰਨੇਮ ਸੀਗਾ। ਹਾਂਜੀ, ਉਹਨਾਂ ਵੱਲੋਂ ਇਹ ਇੱਥੇ ਹਾਲ ਸੀ ਪਹਿਲਾਂ, ਇੱਥੇ ਤਾਂ ਪਾਲਟੀਆਂ ਪੁਲਟੀਆਂ ਕੀਤੀਆਂ ਜਾਂਦੀਆਂ ਸੀ। ਅੱਛਾ ਜੀ, ਨਾਲੇ ਸੰਦੀਪ ਕਹਿੰਦੇ ਸੀ ਵੀ ਚਰਚ ਸੀ, ਚਰਚ ਸੀ? ਹਾਂ, ਚਰਚ ਉਹਨਾਂ ਨੇ ਚਰਚ ਤੋਂ ਲਿੱਤਾ ਸੀ। ਅੱਛਾ ਜੀ, ਉਹਨਾਂ ਨੇ ਫਿਰ ਇੱਥੇ ਪਹਿਲਾਂ ਹਾਲ ਬਣਿਆ ਹੋਇਆ ਸੀ। ਅੱਛਾ, ਅਤੇ ਮਤਲਬ ਉਹਨਾਂ ਦੇ ਮਨ ਕਿਸੇ ਨੇ ਦੱਸਿਆ ਵੀ ਉਹ ਤਾਂ ਕਿ ਮੈਂ ਉਹ ਉਹਨਾਂ ਦੇ ਮਨ 'ਚ ਵੀ ਮੈਂ ਕੋਈ ਇੱਦਾਂ ਦੀ ਚੀਜ਼ ਬਣਾਉਣੀ ਸੀ, ਉਹਨਾਂ ਨੇ ਫਿਰ ਇੱਥੇ ਗੁਰਦੁਆਰਾ ਸਾਹਿਬ
ਇਮਾਰਤ ਵੀ ਸਾਰੀ ਚਰਚ ਵਰਗੀ ਹੈ। ਸੰਨ ਲੱਗਿਆ ਹੋਇਆ 1931 ਹੈ ਨਾ, 31 ਦੇ ਵਿੱਚ। ਤੇ ਆ ਦੇਖੋ 1931 ਆਪਾਂ ਕਹਿੰਦੇ ਸੀ ਵੀ ਪੁਰਾਣੇ ਗੁਰਦੁਆਰਾ ਸਾਹਿਬ, 1931 'ਚ ਚਰਚ ਹੁੰਦੀ ਸੀ ਉਦੋਂ ਤਾਂ, ਹੈ ਨਾ, 1931 'ਚ। ਮਤਲਬ ਉਦੋਂ ਬਾਅਦ 'ਚ ਹੌਲੀ ਇਹਨੂੰ ਗੁਰਦੁਆਰਾ ਬਣੇ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਪ੍ਰਕਾਸ਼ ਨੂੰ ਮਹਾਰਾਜ? ਮੇਰਾ ਖਿਆਲ ਕਾਫੀ ਮੈਥੋਂ ਤਾਂ ਪਹਿਲਾਂ ਦੀ ਬਣੇ ਹੋਏ। ਅੱਛਾ, ਤੁਹਾਡੇ 35 ਸਾਲ ਦਾ ਹੋ ਗਏ ਹੋਣੇ ਜੀ। ਹਾਂ, ਅੱਛਾ, ਹੁਣ ਦੇਖੋ ਉੱਪਰਲੇ ਪਾਸੇ ਇਮਾਰਤ ਤੁਹਾਨੂੰ ਦੱਸਾਂਗਾ ਜਿਹੜੇ ਉੱਪਰ। ਮਾਮਾ ਜੀ ਕੀ ਲਿਖਿਆ? ਗ੍ਰੰਥ ਸਿੱਖਸ ਫਾਊਂਡੇਸ਼ਨ 1969। ਉਹ ਉੱਪਰ ਦੇਖੋ ਪੜ੍ਹਿਆ ਨਹੀਂ ਜਾ ਰਿਹਾ ਕੁਛ। ਫਾਊਂਡੇਸ਼ਨ 1969 'ਚ ਸ਼ਾਇਦ ਗੁਰਦੁਆਰਾ ਸਾਹਿਬ ਨੇ ਬਣਿਆ। ਹਾਂਜੀ, ਜਿਵੇਂ ਨਾ ਹਰੇਕ ਦਾ ਹੁੰਦਾ ਅਲੱਗ ਅਲੱਗ, ਅਤੇ ਬੰਦਾ ਜਿਹਨੇ ਪਹਿਲਾਂ ਖਰੀਦਿਆ ਸੀਗਾ, ਪਹਿਲਾਂ ਵਿਆਹ ਸ਼ਾਦੀਆਂ ਜਾਂ ਪ੍ਰੋਗਰਾਮ ਵੀ ਕੁਛ ਇੱਥੇ ਮਾਮਾ ਜੀ ਕਹਿੰਦੇ ਹੁੰਦੇ ਰਹੇ ਆ ਕੁਛ ਟਾਈਮ ਤੱਕ, ਅਤੇ ਫਿਰ ਉਹਨੂੰ ਮਤਲਬ ਜਿਨ੍ਹਾਂ ਨੇ ਵੀ ਜਿਹੜੇ ਸੱਜਣ ਨੇ ਗੁਰਦੁਆਰਾ ਸਾਹਿਬ ਬਣਾਇਆ ਹੋਣਾ, ਉਹਨਾਂ ਨੂੰ ਐਂ ਸੀਗਾ ਵੀ ਕੋਈ ਚੰਗਿਆਈ ਵਾਲਾ, ਕਿਉਂਕਿ ਬੰਦਾ ਹਰੇਕ ਬੰਦਾ ਹੀ ਸੋਚਦਾ ਵੀ ਕੋਈ ਚੰਗੇ ਕਰਮ ਕਰਕੇ ਜਾਈਏ, ਹੈ ਨਾ, ਇਹ ਧਰਤੀ 'ਤੇ ਆਏ ਹਾਂ। ਅਤੇ ਫਿਰ ਉਹਨਾਂ ਨੇ ਕਿਸੇ ਨੇ ਮਤਲਬ ਸਲਾਹ ਦਿੱਤੀ ਗੁਰਦੁਆਰਾ ਸਾਹਿਬ ਇੱਥੇ ਬਣਾ ਦੇ, ਅਤੇ ਤਾਂ ਕਰਕੇ ਇਹਨੂੰ ਮੰਗਟ ਵਾਲਾ ਗੁਰਦੁਆਰਾ ਹੀ ਕਿਹਾ ਜਾਂਦਾ। ਮਤਲਬ ਉਹਨਾਂ ਦੇ ਸਰਨੇਮ ਤੋਂ ਹੀ ਜਾਣਨ ਲੱਗ ਗਏ ਜਿਨ੍ਹਾਂ ਨੇ ਬਣਾਇਆ ਸੀਗਾ ਕਿ ਇਹ ਮੰਗਟ ਵਾਲਾ ਗੁਰਦੁਆਰਾ ਹੈਗਾ। ਅਤੇ ਵੈਸੇ ਤਾਂ ਜਿਵੇਂ ਤੁਹਾਨੂੰ ਦੱਸਿਆ ਸੀ, ਹੋਰ ਵੀ ਕਾਫੀ ਸਾਰੇ ਗੁਰਦੁਆਰਾ ਸਾਹਿਬ ਆ, ਅਤੇ ਆਜੋ ਹੋਰ ਤਾਂ ਕਾਫੀ ਹੋਰ ਸਾਰੇ ਗੁਰਦੁਆਰਾ ਸਾਹਿਬ ਆ। ਪਰ ਸਤਿ ਸ਼੍ਰੀ ਅਕਾਲ ਬਾਈ ਜੀ, ਕਿਵੇਂ ਹੋ? ਠੀਕ ਠਾਕ ਹੋ? ਹੋਰ ਚੜ੍ਹ ਦੀ ਗੱਲ ਆ? ਚਲੋ, ਕਿੱਥੋਂ? ਪੰਜਾਬ ਤੋਂ? ਅੱਛਾ, ਫਿਰੋਜ਼ਪੁਰ ਤੋਂ। ਠੀਕ ਹੈ, ਠੀਕ ਹੈ, ਚਲ ਜੀ ਜੀ, ਚਲੋ ਮਿਲਦੇ ਹਾਂ ਅੰਦਰ ਆ ਕੇ ਜੀ, ਹੈ ਨਾ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਅਤੇ ਇਹ ਸੀਗਾ, ਹੁਣ ਅਸੀਂ ਇਸ ਤੋਂ ਬਾਅਦ ਹੋਰ ਆਲਾ ਦੁਆਲਾ ਦੇਖਦੇ ਹਾਂ, ਅਤੇ ਜੇ ਮੀਂਹ ਦਾ ਮੌਸਮ ਹੋਇਆ ਪਿਆ, ਕੋਸ਼ਿਸ਼ ਕਰਦੇ ਹਾਂ ਵੀ ਅੱਜ ਹੀ ਅਸੀਂ ਤੁਹਾਨੂੰ ਜਿਹੜਾ ਮੰਦਰ ਹੈ ਉਹਦੇ ਦਰਸ਼ਨ ਕਰਾਈਏ।